ਨਾਲੇ ਭਈ ਜੇ ਹੁਣ ਤੁਸੀਂ ਉਹਦੇ ਕਹੇ ਹੋਏ ਬਾਗੇ ਫੇਰ ਤੁਹਾਡੇ ਸਿਰ ਚਗੜੀਆਂ ਕਰੂ ਵੀ ਇਹ ਤਾਂ ਮੇਰੇ ਜਦੋਂ ਕਹਿਣੀਆਂ ਉਹਦੀ ਆ ਜਾਂਦੇ ਫਿਰ ਤੁਹਾਡਾ ਰੋਹ ਜਮੀ ਚੱਕਿਆ ਜਾਊਗਾ। ਉਹ ਯਾਰ ਕੁੜੀ 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 ਲਾਈ ਰੱਖ ਗਈਆਂ ਮਾਰ ਮੁੱਕ ਜੀ ਉਹਨਾਂ ਨਿੱਕੀ ਦੀ ਜਵਾਕ ਨਹੀਂ ਆ ਉਹਦੇ ਮੋਹ ਤੇ ਉਹਨੂੰ ਜਾਂਦੇ ਨੇ ਤੈਨੂੰ ਤਾਂ ਨਹੀਂ ਕਹਿਦਾ ਉਹ ਪਿਆਰ ਹੈਗਾ ਨਾ ਚਮਚਾ ਨਾ ਕਹਾ ਤੇ ਹੋਰ ਕੀ ਕਹਾ ਆਪਦੀ ਮਾਂ ਨੂੰ ਕਹਿ ਦੇ ਮੇਰਾ ਤਾਂ ਘਰ ਚੱਲ ਨਹੀਂ ਵਸਣ ਦਿੰਦੀ ਕਿਸੇ ਹੋਰ ਦਾ ਤਾਂ ਨਾ ਪੱਟੇ। ਅਮਨ ਪੁੱਤ ਉਰਿਆ ਗੱਲ ਸੁਣ। ਹਾਂਜੀ ਭੂਆ ਜੀ ਦੱਸੋ। ਮੈਂ ਤਾਂ ਪੁੱਤਾਂ ਐਂ ਕਹਿੰਦੀ ਸੀ ਮੈਂ ਕਿਹਾ ਅੱਜ ਆਪਾਂ ਤੇਰੇ ਕੱਪੜੇ ਕੁੱਪੜੇ ਖਰੀਦ ਲਈਏ ਫਿਰ ਆ ਕੇ ਕੱਪੜੇ ਖਰੀਦ ਲਈਏ ਤੁਸੀਂ ਭਾਬੀ ਕੋਲੇ ਨਹੀਂ ਜਾਣਾ। ਨਹੀਂ ਉਹ ਮੈਂ ਸਰਪੰਚ ਨੂੰ ਪੁੱਛ ਕੇ ਆਈ ਸੀ ਪੁੱਤ ਉਹ ਕਹਿੰਦਾ ਮੈਨੂੰ ਅੱਜ ਕੰਮ ਹੈ ਉਹ ਕਿਤੇ ਲਾਮ ਗਿਆ ਹੈ ਆਪਾਂ ਕੱਲ ਨੂੰ ਚੱਲਾਂਗੇ ਉੱਥੇ ਤਾਂ। ਅੱਛਾ ਅੱਛਾ ਕੱਲ ਨੂੰ ਜਾਵਾਂਗੇ ਫਿਰ ਮੈਨੂੰ ਆ ਸੀਰਤ ਦਾ ਔਖਾ ਹੋ ਜੀ ਭੂਆ। ਕੋਈ ਨਹੀਂ ਪੁੱਤ ਸੀਰਤ ਨੂੰ ਤਾਂ ਮੈਂ ਹੈਗੀ ਆ ਘਰੇ ਸਾਂਭੂਗੀ ਉਹੀ ਜਾ ਆਇਓ ਨਾਲੇ ਫਿਰ ਆਪਦੀ ਪਸੰਦ ਦੇ ਲਿਆਈ ਪੁੱਤ ਫਿਰ ਮੈਨੂੰ ਕਿਹੜਾ ਹੈ ਬਾਹਲੇ ਚੱਜ ਦੇ ਖਰੀਦਣੇ ਆਉਂਦੇ ਮੈਨੂੰ ਪਤਾ ਨਹੀਂ ਲੱਗਣਾ ਵੀ ਤੇਰੇ ਪਸੰਦ ਨਹੀਂ ਆਉਣੇ। ਫਿਰ ਮੈਂ ਆਇਆ ਕਹਿੰਦੀ ਸੀ ਵੀ ਉਹਨਾਂ ਨੇ ਸਾਰੇ ਦੱਸਦੇ ਵੀ ਕਿਹੜੇ ਕਿਹੜੇ ਕੱਪੜੇ ਲਿਆਉਣੇ ਫਿਰ ਆਪਾਂ ਰੋਜ਼ ਰੋਜ਼ ਕਿੱਥੋਂ ਜਾਵਾਂਗੇ ਫਿਰ ਅਸੀਂ ਸਾਰੇ ਖਰੀਦ ਲਾਂਗੇ। ਉਹਨਾਂ ਨੇ ਸਾਰੇ ਮੈਨੂੰ ਦੱਸਤੇ ਆਪਾਂ ਲੈ ਆਵਾਂਗੇ ਕੋਈ ਨਾ ਕੋਈ ਬਾਹਲੇ ਸੂਟ ਨਹੀਂ ਹੈਗੇ ਆਈ ਮਾਮੇ ਮਾਸੀ ਆਈਆਂ ਦੇ 5-10 ਸੂਟ ਨੇ। ਹਾਂ ਇੱਕ ਦੋ ਵੱਧ ਲੈ ਲਿਓ ਫਿਰ ਮਾਸੀ ਮੇਰੀ ਗੱਲ ਸੁਣ ਮੈਂ ਕਰਦੀ ਆ ਸੀਰਤ ਨੂੰ ਤਿਆਰ ਕਰ ਲੈਣੀ ਤੂੰ ਵੀ ਨਾਲ ਹੀ ਵਗ ਜਾ ਕੱਲੀ ਕਰੇ ਕੀ ਕਰੇਗੀ ਕੋਈ ਗੱਲ ਨਹੀਂ ਜੇ ਸੀਰਤ ਰੋਗੀ ਉੱਥੇ ਮਾਸੀ ਜਾ ਉਹ ਤਾਂ ਜਵਾਕੜੀ ਉੱਥੇ ਐਵੇਂ ਔਖੀ ਹੋਊਗੀ ਦੱਸ ਉੱਥੇ ਕੀ ਕਰਾਉਣਾ ਤੇਰੀ ਮਾਸੀ ਨੂੰ ਇੱਥੇ ਘਰੇ ਰੱਖ ਲੂ ਕੋਈ ਉਹੀ ਤਾਂ ਗੱਲ ਹੈਗੀ ਨਿਆਣੀ ਰੋਈ ਜਾਊਗੀ ਐਵੇਂ ਫਿਰ ਕੁਝ ਪਸੰਦ ਨਹੀਂ ਕਰਨ ਦੇਣਾ ਉਹਨੇ ਉਹੀ ਤਾਂ ਹੈ ਆਪਾਂ ਮਾਵਾਂ ਦੀ ਚੱਲਦੇ ਚੱਲ ਚੱਲ ਠੀਕ ਹੈ ਚੱਕ ਮਾਂ ਉਹ ਆ ਹੋਰੇ ਆਈ ਜਾਂਦੇ ਠੀਕ ਹੀ ਮੈਂ ਆ ਗਈ ਸਾਸੀ ਕਾ ਸਾਸੀ ਕਾ ਬੰਦੀ ਠੀਕ ਹੋ ਸਾਸੀ ਕਾ ਪੁੱਤ ਸਾਸੀ ਕਾ फोन कर दी जी आना बस फोन भाभी मैं किया गल ही सी बस मैं अंगोला चुंबड़ी जी लगी रही जवाब दे दे बालियां कदो वड्डियां ने बालियां बेचना ने तीजी ओनी घर बसन दंदियां ना ओ तेरे वास्ते क्यों देखिया मैं तो पहला पता सी भी टिकन वाली तीवी नहीं हैगी इत्थे मेरे नाल बथेरा कुछ करके गई है ਕੁੜੀ ਨੂੰ ਲੈ ਗਈ ਮੁੜ ਕੇ ਭਾਈ ਅਸੀਂ ਉੱਥੇ ਗਈਆਂ ਵੀ ਚੱਲ ਲੈ ਆਉਣੇ ਆ ਕਹਿੰਦੀ ਮੈਂ ਤਾਂ ਤੋਰਨੀ ਨਹੀਂ ਲੈ ਦੇਖ ਲੈ ਹਾਂ ਗਾਂ ਉੱਥੇ ਆਉਂਦੇ ਨਾਨਕੇ ਵੇਚਤੀ ਕੁੜੀ ਫਿਰ ਭਾਈ ਮੈਨੂੰ ਗੱਲਾਂ ਮਾਂਗੀਆਂ ਸੁਣਨੀਆਂ ਸੀ ਮੈਂ ਕਿਹਾ ਦੇਖਾਂ ਭਲਾ ਕਿਸ ਹੱਦ ਤੱਕ ਜਾਂਦੀ ਹੈ ਤੇ ਦੋ ਚਾਰ ਮੈਂ ਸੋਨੂੰ ਵੀ ਮਾੜਾ ਕਿਹਾ ਭੈੜਾ ਕਿਹਾ ਮੈਂ ਝੂਠ ਨਹੀਂ ਮੈਂ ਮਾਰਦੀ ਉਹਦੀਆਂ ਸੁਣਨ ਦੀ ਖਾਤਰ ਫਿਰ ਮੈਂ ਉਹਦੀਆਂ ਸਾਰੀਆਂ ਸੁਣੀਆਂ ਜਦ ਮੈਂ ਚੁੱਪ ਕਰਕੇ ਉਹਨੂੰ ਮੋੜ ਦਾ ਹੱਥ ਬੰਨ ਕੇ ਮੈਂ ਚੱਲ ਕੋਈ ਨਾ ਅਸੀਂ ਸੋਚਾਂਗੇ ਵਿਚਾਰਾਂਗੇ ਕੋਈ ਨਾ ਅਸੀਂ ਜਵਾਬ ਦੇ ਦੇਵਾਂਗੇ ਦੇਖ ਲਾ ਮੈਂ ਤਾਂ ਐਂ ਕਹੀ ਨਹੀਂ ਆ ਚੱਲ ਆਪਾਂ ਤਾਂ ਘਰ ਘਰ ਸੀ ਜੇ ਕੋਈ ਹੋਰ ਹੁੰਦੀ ਸਾਂਝੀਆਂ ਚੰਗੀ ਤਰ੍ਹਾਂ ਤੂੰ 5-7 ਸੁਣਾਉਣੀਆਂ ਸੀਗੀਆਂ ਇੱਕ ਤਾਂ ਪਹਿਲੀ ਵਾਰ ਗਈ ਸੀ ਭਾਬੀ ਮੈਂ ਤਾਂ ਮਹਾ ਘਰੇ ਆਈ ਨੂੰ ਕੀ ਕਹੀਏ ਹਨਾ ਸਿਆਣੇ ਆਦੇ ਉਹਨੂੰ ਕਿ ਬੈਰੀ ਦੁਸ਼ਮਣ ਨੂੰ ਵੀ ਨਹੀਂ ਬੋਲਿਆ ਜਾਂਦਾ ਹੁਣ ਮੈਂ ਤੈਨੂੰ ਉਹਦੇ ਸਾਰੇ ਲੱਛਣ ਦੱਸੇ ਤਾਂ ਹੈਗੇ ਸੀ ਬਹੂ ਦੇ ਵੀ ਕੀ ਹਾਲ ਕਰਦੀ ਹੈ ਸਾਡੇ ਨਾਲ ਉਹਨਾਂ ਨੇ ਤਾਂ ਇੱਥੋਂ ਕੀ ਲੁੱਕ ਆਏਗੀ ਸਾਡੇ ਘਰ ਦੀ ਤਾਂ ਹੁਣ ਮੈਨੂੰ ਪਤਾ ਹੀ ਸੀ ਬਸ ਫਿਰ ਮੈਂ ਤਾਂ ਮਿੱਠੇ ਦੇ ਪੋਚੇ ਮਾਰ ਕੇ ਉਹਨੂੰ ਮੋੜ ਤਾਂ ਫਿਰ ਆਪਾਂ ਉਹ ਭਾਈ ਜੀ ਦਾ ਸੀ ਵੀ ਕੰਨਾਂ ਦੇ ਕੱਚੇ ਨਹੀਂ ਸੀ ਜੋ ਗੱਲਾਂ ਚ ਆਵਾਂਗੇ ਅਸੀਂ ਤਾਂ ਤੁਹਾਡੇ ਕੋਲੇ ਆਈ ਆਇਆ ਭਾਈ ਉਹਨਾਂ ਨੂੰ ਫੋਨ ਕਰਕੇ ਕਹੋ ਜਾ ਕੇ ਕਹੋ ਵੀ ਸਾਡੇ ਘਰੇ ਨਾ ਆਉਣ ਚੱਲ ਆਏ ਤਾਂ ਕੋਈ ਨਹੀਂ ਫਿਰ ਮੈਂ ਤਾਂ ਕੱਲ ਨੂੰ ਜਾਣਾ ਹੀ ਆ ਉੱਥੇ ਸਰਪੰਚ ਨੂੰ ਲੈ ਕੇ ਮੈਂ ਤਾਂ ਹਲੇ ਆਏ ਸੋਚੀ ਜਾਂਦੀ ਸੀ ਮੈਂ ਕਿਹਾ ਚੱਲ ਵਿਆਹ 'ਚ ਉਹਨੂੰ ਫਿਰ ਵੀ ਲਿਓ ਅਮਨ ਕਹਿੰਦੀ ਮਾਂ ਕਹਿੰਦੀ ਉਹਦੇ ਬਿਨਾਂ ਕੀ ਵਿਆਹ ਚੰਗਾ ਲੱਗੂ ਆਪਾਂ ਲੈ ਦੇਖ ਲੈ ਪੁੱਤ ਉਹਦੇ ਜਣਾ 'ਚ ਦਾਤੀ ਪਾਉਂਦੀਆਂ ਫਿਰਦੀਆਂ ਨੇ ਉਹ ਤਾਂ ਇਹੋ ਜਿਹੀ ਭੈਣ ਜੀ ਸਾਡੀ ਬਹੂ ਨੂੰ ਬਥੇਰੇ ਫੋਨ ਕਰਦੀਆਂ ਨੇ ਬਥੇਰੀਆਂ ਲੂਤੀਆਂ ਲਾਉਂਦੀਆਂ ਨੇ ਕਿ ਉੱਥੇ ਬੈਠੀਆਂ ਨੇ ਲੈ ਦੇਖ ਲੈ ਉਹ ਗਾਂ ਆਪਦਾ ਘਰ ਪੱਟ ਲਿਆ ਗਾਂ ਇਹਦਾ ਪੱਟੀ ਜਾਂਦੀਆਂ ਨੇ ਹੁਣ ਗਾਂ ਤੁਹਾਡਾ ਪੱਟਣ ਤੁਰਦੀਆਂ ਦੇਖ ਲੈ ਕਿ ਅਸੀਂ ਭਾਈ ਅਸੀਂ ਆਇਆ ਵੀ ਕੱਲ ਨੂੰ ਆਪਣੇ ਵਿਆਹ ਦਾ ਪ੍ਰੋਗਰਾਮ ਆ ਜੋ ਵਿਆਹ ਜਾ ਕੇ ਕੋਈ ਐਵੇਂ ਕਸਮਾਨ ਪਵਾਤਾ ਦੋਨੇ ਪਰਿਵਾਰਾਂ ਦੀ ਬੇਇੱਜ਼ਤੀ ਹੋ ਗਈ ਨਾ ਗੱਲ ਤੋਂ ਤੁਸੀਂ ਪਹਿਲੀ ਉਹਨਾਂ ਨਾਲ ਆਪਦਾ ਕੰਮ ਨਾ ਮਿਲੋ ਨਾ ਨਾਲੇ ਫਿਰ ਮੈਂ ਤਾਂ ਵਿਆਹ 'ਚ ਵੜਨੀ ਨਹੀਂ ਦਿੰਦੀ ਵਿਆਹ ਤੋਂ ਮਗਰੋਂ ਦੇਖੀ ਜੇ ਉਹ ਨਾਲ ਗੱਲਬਾਤ ਕਰਨੇ ਨਾਲੇ ਹੁਣ ਇਹਨਾਂ ਨੇ ਕੀ ਸਾਡੇ ਤੇ ਬੜੀ ਗੁਜ਼ਾਰਨੀ ਹੈ ਜਿਹੜੀ ਉੱਥੇ ਤੱਕ ਪਹੁੰਚ ਗਈ ਵਿਆਹ 'ਚ ਖਬਰਾਂ ਕੀ ਕੁਛ ਕਰੂ ਉਹੀ ਤਾਂ ਗੱਲ ਹੈ ਭਾਬੀ ਖਬਰਾਂ ਕਿੰਨਾ ਕੁ ਕੁਛ ਕਰਨਗੀਆਂ ਵਿਆਹ 'ਚ ਨਹੀਂ ਇਹ ਟਿਕਣ ਵਾਲੀਆਂ ਹੈਗੀਆਂ ਮਾਵਾਂ ਦੀਆਂ ਬਹੁਤ ਤੇਜ਼ ਨੇ ਦੇਖ ਲੈ ਪੁੱਤ ਅਮਨ
ਚਲੋ ਸੁਣੀ ਜਾਂਦੀ ਆ ਭੂਆ ਜੀ ਮੈਂ ਸਾਰੀਆਂ ਗੱਲਾਂ, ਮੈਨੂੰ ਤਾਂ ਇਹ ਯਕੀਨ ਹੀ ਨੀ ਆਉਂਦਾ ਵੀ ਲੈ ਭਾਬੀ ਇੱਥੋਂ ਤੱਕ ਗਿਰ ਸਕਦੀ ਹੈਗੀ। ਮੈਂ ਭਾਬੀ ਦਾ ਇੰਨਾ ਕਰਦੀ ਹਾਂ, ਮੈਂ ਕਦੇ ਕੋਈ ਚੰਗੀ ਮਾੜੀ ਨੀ ਕਹੀ, ਦੇਖ ਲਾ ਥੱਪੜ ਤੱਕ ਵੀ ਮੇਰੇ ਲਾ ਗਈ, ਮੈਂ ਤਾਂ ਵੀ ਨੀ ਬੋਲੀ ਹੈਗੀ ਜੀ। ਪਰ ਭਾਬੀ ਦੀ ਮੈਨੂੰ ਸਮਝ ਹੀ ਨੀ ਆਉਂਦੀ ਵੀ ਭਾਬੀ ਨੂੰ ਹੋਇਆ ਕੀ ਪਿਆ ਗਾ। ਹਜੇ ਲੱਤ ਉੱਤੋਂ ਦੀ ਰੱਖਦੀਆਂ ਨੇ, ਏਡਾ ਕੁਛ ਕੁੜੀ ਨੇ ਕਰਕੇ ਗਏ, ਇਹਦੇ ਵਿਚਾਰੀ ਦੇ ਐ ਮਾਰੀ, ਉਹਨੇ ਮੂੰਹ ਤੇ ਚਪੇੜੇ ਤਾਂ ਵੀ ਜਵਾਕੜੀ ਪਾਣੀ ਵਾਂਗੂ ਪੀ ਗਈ। ਸਾਨੂੰ ਤਾਂ ਐ ਸੀ ਭਾਈ ਚੱਲ ਮਾਂ ਸਾਡੇ ਕੋਲ ਆਈ ਹੋਊਗੀ ਵੀ ਤੁਸੀਂ ਵਿੱਚ ਪੈ ਕੇ ਸਾਡਾ ਕੋਈ ਸਮਝੌਤਾ ਕਰਾ ਦੋ, ਹੁਣ ਸਾਨੂੰ ਕੀ ਪਤਾ ਜੀ ਤਾਂ ਹੋਰ ਵਿਗਾੜਦੀ ਫਿਰਦੀ ਬਾਈ। ਸਮਝੌਤੇ ਕਰਨ ਵਾਲੀਆਂ ਤਾਂ ਹੈ ਨੀ, ਜੇ ਸਮਝੌਤਾ ਕਰਨ ਵਾਲੀ ਫਿਰ ਮਾਂ ਇੱਥੋਂ ਲੈ ਕੇ ਕੱਢ ਜਾਂਦੀ। ਇਹ ਨੀ ਪਤਾ ਉਹਨਾਂ ਨੇ ਗਾਹਾਂ ਕੋਈ ਤੀਜੇ ਥਾਂ ਕੋਈ ਹੋਰ ਦੇਖ ਰੱਖਿਆ ਹੋਵੇ ਕੁੜੀ ਨੇ ਵੀ ਉੱਥੇ ਤੋਰਨੀ ਹੋਵੇ। ਅਸੀਂ ਤਾਂ ਗਏ ਸੀ ਭੂਆ ਜੀ, ਮੈਂ ਤੇ ਭੂਆ ਜੀ ਦੋਵੇਂ ਗਏ ਸੀਗੇ ਤੇ ਮੁੜ ਕੇ ਸਾਨੂੰ ਬਸ ਉਹਨੇ ਤਾਂ ਬਹਿ ਜਾ ਨਾ ਖੜ ਜਾ ਪਾਣੀ ਵੀ ਨੀ ਪੁੱਛਿਆ ਹੈਗਾ, ਨਾ ਸਾਨੂੰ ਭਾਬੀ ਨੂੰ ਮੱਥੇ ਲਾਇਆ ਸਾਡੇ, ਕਹਿੰਦੀ ਉਹ ਤਾਂ ਨਾਨਕੀ ਗਈ ਹੋਈ ਹੈਗੀ। ਫਿਰ ਅਸੀਂ ਚੁੱਪ ਕਰਕੇ ਮੁੜੇ ਸਨ ਤਾਂ ਕਹਿੰਦੀ ਉਹ ਪਿਆ ਗੇਟ, ਕਹਿੰਦੀ ਕਿ ਤੁਸੀਂ ਬਾਬੂ ਜੀ ਮੇਰੀ ਗੱਲ ਸੁਣ ਲੈ। ਕੱਲ ਮੈਂ ਕਿਹਾ ਸੀ ਨਾ, ਲਾਸਟ ਵਾਰਨਿੰਗ ਦਿੱਤੀ ਸੀ ਵੀ ਜੇ ਸ਼ਾਮ ਤੱਕ ਤੇਰੇ ਮਾਂ ਪਿਓ ਆਉਂਦੇ ਤਾਂ ਠੀਕ ਆ, ਤੇ ਰਾਤ ਨੂੰ ਵੀ ਮੈਂ ਕੁਛ ਨੀ ਬੋਲੀ, ਤੇ ਹੁਣ ਚੁੱਪ ਕਰਕੇ ਨਾ ਬੰਦੇ ਦਾ ਪੁੱਤ ਬਣ ਕੇ ਮੇਰੇ ਨਾਲ ਉਹਨਾਂ ਦੇ ਘਰੇ ਚੱਲ, ਤੇਰੀ ਮਾਂ ਨੂੰ ਤਾਂ ਮੈਂ ਘਸੀੜ ਕੇ ਲਿਆਉਣੀ ਆ, ਚੌਧਰ ਘੋੜਦੀ ਆ। ਉਹ ਸ਼ਰਮ ਨਾ ਕਰ, ਹੁਣ ਉੱਥੇ ਬਗਾਨੇ ਘਰੇ ਜਲੂਸ ਕੱਢਣਾ ਜਾ ਕੇ ਤੂੰ। ਕਿਉਂ, ਤੇਰੀ ਮਾਂ ਉੱਥੇ 3 ਦਿਨ ਹੋ ਗਏ ਬੈਠੀ ਨੂੰ, ਉਹ ਨੀ ਤੈਨੂੰ ਦੀਦਾ, ਮੈਂ ਜਾਊਂਗੀ ਤਾਂ ਤੂੰ ਜਲੂਸ ਕੱਢੂਗੀ, ਉਹ ਬੜੇ ਉੱਥੇ ਹਾਰ ਪਾਉਂਦੀ ਆ। ਕਿਉਂ, 3 ਦਿਨ ਉੱਥੇ ਸੌਂਕ ਨੂੰ ਬੈਠਣੇ, ਵਿਆਹ ਸਾਹਿਬ ਗਏ ਨੇ ਆ ਜਾਣਗੇ, ਕਿਉਂ ਜਲੂਸ ਕੱਢਦੀ ਹੁੰਦੀ ਬਗਾਨੇ ਥਾਂ ਜਾ ਕੇ, ਆਪਦੀ ਤਾਂ ਇੱਜ਼ਤ ਰੋਲਣੀ ਆ, ਤੂੰ ਮੇਰੀ ਵੀ ਰੋਲਾਂਗੀ ਨਾਲ। ਮੈਨੂੰ ਨੀ ਪਤਾ, ਮੈਂ ਲਾਸਟ ਵਾਰ ਕਹਿਤਾ ਜੇ ਤੂੰ ਮੇਰੇ ਨਾਲ ਨਾ ਚੱਲਿਆ ਨਾ, ਜਵਾਕ ਆਉਂਦੇ ਆ ਮੈਂ ਲੈ ਕੇ ਉਹਨਾਂ ਨੂੰ ਨਹਿਰ 'ਚ ਛਾਲ ਮਾਰ ਜਾਣੀ ਆ, ਇਹੋ ਜਿਹਾ ਜਲੂਸ ਕੱਢੂ ਨਾ ਤੇਰਾ ਯਾਦ ਰੱਖੇਗਾ ਸਾਰੀ ਉਮਰ। ਉਹ ਯਾਰ ਸੁਣ ਵੀ ਲਿਆ ਕਰ, ਆ ਜਾਣਗੇ, ਕਿਉਂ ਐਂ ਕਰਦੀ ਹੁੰਦੀ ਆ ਤੂੰ। ਮੈਂ ਕਹਤਾ ਨਾ ਚੁੱਪ ਕਰਕੇ ਖੜਾ ਹੋ ਕੇ ਚੱਲ ਮੇਰੇ ਨਾਲ ਤਾਂ ਚੱਲ ਮੇਰੇ ਨਾਲ, ਕਿ ਜਾਵਾਂ ਮੈਂ। ਉਹ ਚੱਲ ਚੱਲ ਤੁਰਦਾ, ਤੂੰ ਨਹੀਂ ਸੁਣਦੀ ਹੁੰਦੀ ਕਿਸੇ ਦੀ। ਅਸੀਰ ਸੌਂਗੀ? ਹਾਂ ਸਮਾ ਕੇ ਆਈ, ਉਹਨੂੰ ਅੰਦਰ ਨਵਾ ਕੇ ਆਉਣਾ। ਉਹ ਚੱਲ ਵਧੀਆ, ਨਹੀਂ ਜਵਾਖੜੀ ਇੱਥੇ ਰੋਈ ਜਾਂਦੀ ਅਮਨ ਤੋਂ ਬਿਨਾ। ਉਹੀ ਤਾਂ ਗੱਲ ਹੈ। ਉਹ ਚਾਹ ਬਣਾ ਲਾ ਘੁੱਟ, ਸਿਰ ਤੇ ਦੁਖੀ ਜਾਂਦਾ। ਤੈਨੂੰ ਤਾਂ ਸਾਰਾ ਦਿਨ ਚਾਹ ਦੀ ਲੱਗੀ ਰਹਿੰਦੀ ਹੈ। ਕੋਈ ਗੱਲ ਨਹੀਂ, ਅਮਨ ਹਰੀ ਬਾਜ਼ਾਰ ਗਈਆਂ ਨੇ, ਆ ਜਾਣਗੀਆਂ ਘੰਟੇ ਤੱਕ ਬਣਾ ਲਾਂਗੇ। ਉਹ ਘੰਟੇ ਘੁੰਡੇ ਤੱਕ ਨਹੀਂ ਆਉਂਦੀਆਂ ਹੈਗੀਆਂ, ਉਹ ਸੂਟ ਸਾਟ ਲੈਣ ਗਈਆਂ ਨੇ, ਉਹ ਹੱਥ ਨੇ ਆਉਣਗੇ ਹੁਣ। ਤੁਸੀਂ ਕਿੱਧਰ ਮੂੰਹ ਚੱਕਿਆ? ਕਿਉਂ, ਜੇ ਤੂੰ ਮੂੰਹ ਚੱਕ ਕੇ ਇੱਥੇ ਬੈਠ ਸਕਦੀ ਆਂ ਬਗਾਨਿਆਂ ਦੇ ਘਰੇ, ਤੇ ਅਸੀਂ ਮੂੰਹ ਚੱਕ ਕੇ ਆ ਨਹੀਂ ਸਕਦੇ। ਲੈ ਦੱਸ, ਉਹ ਭਾਈ ਕੋਈ ਗੱਲ ਤਾਂ ਹੋਈ ਹੋਊਗੀ ਜਿਹੜਾ ਤੁਸੀਂ ਇੱਥੇ ਆ ਗਏ, ਕੋਈ ਸੁੱਖ ਸਾਂਦ ਹੈ? ਤੁਹਾਨੂੰ ਸ਼ਰਮ ਆਉਂਦੀ ਹੈ? ਕਿੰਨੇ ਦਿਨ ਹੋ ਗਏ ਇੱਥੇ ਬੈਠਿਆਂ ਨੂੰ, ਆਪਦੇ ਘਰ ਨਹੀਂ ਆਉਣਾ ਕਿ ਲੋਕਾਂ ਦੀ ਕੁੜੀਆਂ ਦੇ ਘਰ ਪੱਟਣੇ ਇੱਥੇ ਬਹਿ ਕੇ? ਨਹੀਂ ਕੋਈ ਨਹੀਂ ਕੁੜੀਏ, ਇਹ ਵੀ ਸਾਡੀ ਕੁੜੀ ਦਾ ਘਰ ਹੈ, ਅਸੀਂ ਨਾਲੇ ਕਿਸੇ ਦਾ ਕੀ ਘਰ ਪੱਟਤਾ। ਤੂੰ ਰਹਿਣ ਦੇ, ਮੈਨੂੰ ਨਾ ਸਿਖਾ। ਉਹ ਵਿਚਾਰੀ ਸਿਮਰ ਦੇ ਪਤਾ ਕਿੰਨੇ ਫੋਨ ਆਉਂਦੇ ਆ ਮੈਨੂੰ, ਕਿੰਨੀ ਰੋਂਦੀ ਆ ਉਹ। ਤੂੰ ਟਿਕ ਜਾ ਠੀਕ ਹੈ, ਨਾ ਤਾਂ ਸਾਨੂੰ ਉੱਥੇ ਟਿਕਾਂ ਦੇਣੀਆਂ, ਜੇ ਉਰੇ ਆਇਆ ਹੁਣ ਉਰੇ ਟਿਕਾਂ ਦੇਂਦੇ। ਅਸੀਂ ਸਿਮਰ ਨੂੰ ਕੀ ਕਹਿਤਾ ਕੁੜੀਏ, ਨਾਲੇ ਅਸੀਂ ਅਸੀਂ ਵਿਆਹ ਕੇ ਲਿਆਂਦੀ ਸੀ ਉਹ। ਹਰਜੀਤ ਨੂੰ ਵਿਆਹ ਲਓ, ਚੱਲ ਕੁੜੀ ਸਮਝੂਗੀ। ਉਹ ਹੁਣ ਜਦੋਂ ਕੁੜੀ ਨੂੰ ਸਮਝੂ ਤੇ ਆਪਦੀਆਂ ਕਰਤੂਤਾਂ ਮਾੜੀਆਂ ਨੇ, ਅਸੀਂ ਕੀ ਪੱਟਿਆ ਇਹਦਾ ਘਰ ਦੱਸ ਸਾਨੂੰ। ਕਿਉਂ ਕਰਤੂਤਾਂ ਮਾੜੀਆਂ ਨੇ ਅਗਲੀ ਦੀਆਂ, ਅਗਲੀ ਕਿਉਂ ਸਾਹਮਣੇ ਕਿਸੇ ਦਾ ਜਵਾਬ? ਉਹ ਭਾਈ ਤੇਰੇ ਵਾਂਗੂ ਐਡੀ ਲੱਗੀ ਆ ਉਹਦੇ ਵੀ ਜੀਭ, ਸਾਰਾ ਦਿਨ ਅੰਦਰ ਨਹੀਂ ਵੜਦੀ, ਉਹ ਲੁੱਲ ਕਰਦੀ ਫਿਰਦੀ ਆ। ਉਹ ਲੱਗੀ ਆ ਮੇਰੇ ਤਾਂ, ਲੱਗੀ ਰਹੂਗੀ ਚੁੱਪ ਕਰਕੇ ਘਰੇ। ਉਹ ਮੈਂ ਤਾਂ ਨਹੀਂ ਜਾਂਦਾ ਹੈਗਾ ਘਰੇ ਭਾਈ, ਨਾ ਤੇਰੇ ਪਿਓ ਦਾ ਰਾਜ ਅਸੀਂ, ਜਦੋਂ ਜੀ ਕਰੇਗੀ ਤੂੰ ਕਹੇਂਗੀ ਸਾਡੇ ਨਾਲ ਉੱਠ ਕੇ ਤੁਰਪੋ, ਤੇਰੇ ਨਾਲ ਤੁਰਪਾਂਗੇ, ਦੇਣਾ ਤੇਰਾ ਕੁਛ। ਚੁੱਪ ਕਰ ਜਾ ਕਰ ਕਿਸੇ ਵੇਲੇ, ਕਿਉਂ ਇੱਥੇ ਜਲੂਸ ਕਢਾਈ ਜਾਣ ਗੁਆਂਢ ਦੇ ਇੱਧਰ ਵੀ? ਉਹ ਤੁਹਾਨੂੰ ਤਾਂ ਸ਼ਰਮ ਨਹੀਂ ਯਾਰ, ਤੂੰ ਸਿਆਣਾ ਮੈਣਾ, ਤੇਰਾ ਜਨਾਨੀ ਦੇ ਕੰਟਰੋਲ ਨਹੀਂ ਹੈਗਾ, ਚੱਕ ਕੇ ਮੂੰਹ ਇੱਥੇ ਆ ਕੇ ਇੱਥੇ ਪ੍ਰਾਹੁਣਾ ਧਰਾਉਣੇ ਕੀ ਕਹਿਣਗੇ? ਉਹੀ ਤਾਂ ਗੱਲ ਹੈ, ਸ਼ਰਮ ਇਹਨੂੰ ਸਾਡੇ ਵਾਲੇ ਨੂੰ ਨਹੀਂ ਆਉਂਦੀ ਹੈਗੀ, ਜਨਾਨੀ ਪਿੱਛੇ ਲੱਗ ਕੇ ਤੁਰ ਪੈਂਦਾ ਹੈਗਾ। ਜੇ ਜਲੂਸ ਕੱਢਣਾ ਨਾ ਘਰੇ ਕੱਢੀ ਆਪਦੇ, ਬਗਾਨੇ ਘਰੇ ਭਾਈ ਚੰਗਾ ਨੀ ਲੱਗਦਾ, ਨੂੰਹ ਧੀ ਦਾ ਘਰ ਹੈ ਸਾਡੀ ਦਾ, ਤੇ ਇਹ ਚੰਗਾ ਲੱਗਦਾ ਤੁਸੀਂ ਆ ਕੇ ਬਗਾਨੇ ਘਰੇ ਬੈਠ ਜਾਓ ਇੰਨੇ ਇੰਨੇ ਦਿਨ? ਜਵਾਕ ਸਾਨੂੰ ਸ਼ੀਸ਼ੀ ਚ ਪਾ ਕੇ ਦੁੱਧ ਦੇਣਾ, ਗੱਲਾਂ ਦੇ ਕੀ ਕਰਦੀ ਆ ਯਾਰ, ਮਾੜਾ ਮੋਟਾ ਸਮਝਾ ਕੇ ਰੱਖਿਆ ਕਰ, ਇਸ ਕਰਕੇ ਪੜਾਇਆ ਸੀ, ਇਸ ਕਰਕੇ ਪਾਲਿਆ ਸੀ ਸਾਡੀ ਕੱਲ ਨੂੰ ਦਾੜੀ ਚ ਫੁੱਲ ਪਵਾਵੇ ਤੂੰ। ਉਹੀ ਤਾਂ ਗੱਲ ਹੈ ਜਵਾਈ ਭਾਈ, ਸਾਹਮਣੇ ਵੀ ਨੀ ਸ਼ਰਮ ਆਉਂਦੀ ਤੁਹਾਨੂੰ ਤਾਂ? ਕੋਈ ਸ਼ਰਮ ਨੀ, ਸਾਨੂੰ ਰਜਿਸਟਰੀ ਦੇ ਲਿਖ ਕੇ ਦੇ ਦੋ ਵੀ ਉਹ ਕਰ ਸਾਡਾ ਮੁੜ ਕੇ ਨਾ ਉਹ ਕਰ ਚਾ ਜੀ। ਅੱਛਾ ਮੇਰੀ ਗੱਲ ਸੁਣ ਲਾ ਕਾਕਾ ਜੀ,
ਉਹ ਘਰ ਨੂੰ ਜਿੰਦਾ ਜਾ ਕੇ ਮੈਂ ਹੁਣ ਲਾਇਆ ਹਾਂ ਘੰਟੇ ਚ ਆਪਦਾ ਜਿੱਥੇ ਮਰਜ਼ੀ ਰਹੋ ਆਪਦੀ ਟਿੰਡ ਫੋੜੀ ਚ ਲੈ ਜਾਓ ਚੱਕ ਕੇ ਤੁਹਾਨੂੰ ਕਿਵੇਂ ਲਾ ਦੇਗੇ ਮੈਂ ਬੇਦਖਲ ਲਗਾਉਂ ਤੁਹਾਨੂੰ ਗੱਲਾਂ ਕਰਦੇ ਨੇ ਇਹ ਨਹੀਂ ਪਤਾ ਕਿਵੇਂ ਬਣਾਇਆ ਸੀ ਅੱਛਾ ਹੁਣ ਤੁਹਾਨੂੰ ਨਾਂ ਲਵਾ ਦਈਏ ਵਾਲੇ ਸਿਆਣੇ ਨਾ ਲਾ ਦੋ ਉੱਥੇ ਬੈਠੋ ਸਹੀ ਅਸੀਂ ਤਾਂ ਆਉਂਦੇ ਨਹੀਂ ਬਾਪੂ ਇਹ ਤਾਂ ਜਿਹੇ ਜਿਹੇ ਹੈਗੇ ਹੈ ਇਹ ਤੁਸੀਂ ਤੁਰਪੋ ਕਾਹਨੂੰ ਤੁਸੀਂ ਕਲੇਸਤਰਾ ਆ ਯਾਰ ਜਰ ਕਿਉਂ ਤੁਰਪੀਏ ਜਦੋਂ ਅਗਲੇ ਦੇ ਘਰ ਐਡਾ ਵੱਡਾ ਕਾਰਜ ਰੱਖਿਆ ਅਗਲਾ ਭਾਈ ਸਾਡੇ ਨਾਲ ਦੁੱਖ ਸੁੱਖ ਚ ਖੜਾ ਸਾਡੀ ਦੋਤੀ ਨੂੰ ਪਾਲਦੇ ਆ ਉਹ ਕੁੜੀ ਪਾਲਦੀ ਆ ਤੇ ਅਸੀਂ ਉਹਦਾ ਵਿਆਹ ਸਾਹਿਆ ਕਿਵੇਂ ਸਭ ਵਿੱਚ ਵਿਚਾਲੇ ਛੱਡ ਗਿਆ ਜੀਏ ਤੈਨੂੰ ਤਾਂ ਨਹੀਂ ਸ਼ਰਮ ਹੈਗੀ ਤੂੰ ਤਾਂ ਇਹਦੇ ਮਗਰ ਉਹਦੀ ਗੁੱਤਣਾ ਪਰਾਂਦਾ ਲੰਕ ਦਾ ਤੁਰਿਆ ਆਉਣਾ ਯਾਰ ਉਹੀ ਤਾਂ ਗੱਲ ਹੈਗੀ ਇਹਨਾਂ ਨੂੰ ਕਿੱਥੇ ਸ਼ਰਮ ਆਏਗੀ ਉਹ ਯਾਰ ਮੇਰੀ ਗੱਲ ਸੁਣਾ ਬੰਨੇ ਭਰਾਵਾ ਹੱਥ ਇੱਥੇ ਮੇਰੀ ਧੀ ਦੇ ਘਰੇ ਜਲੂਸ ਨਾ ਕੱਢੋ ਇਹਨਾਂ ਦੇ ਘਰੇ ਵਿਆਹ ਦਾ ਕਾਰਜ ਅਗਲਾ ਕਹਿੰਦਾ ਪਤਾ ਨਹੀਂ ਕੀ ਗੱਲ ਹੋ ਗਈ ਇੱਥੋਂ ਦਫਾ ਹੋ ਜਾਓ ਯਾਰ ਅਸਤਾ ਨਹੀਂ ਹੁੰਦੇ ਦਵਾ ਜੇ ਜਲੂਸ ਨਹੀਂ ਕਢਾਉਣਾ ਨਾ ਚੁੱਪ ਕਰਕੇ ਮੇਰੇ ਨਾਲ ਚੱਲੋ ਪੰਚਾਇਤ ਜਿਹੜਾ ਤੂੰ ਲਿਆਉਣਾ ਸਾਡੇ ਤੇ ਲਿਆਈ ਠਾਣਾ ਗੱਲਾਂ ਦੇਖ ਕੀ ਕਰਦੀ ਹੈਗੀ ਕੱਲ ਦੀ ਚੋਚ ਲਈ ਸੀਣ ਸਾਂਭਦਾ ਨੀ ਗੱਲਾਂ ਮਾਰਦੀ ਆ ਵੱਡੀਆਂ ਵੱਡੀਆਂ ਇਹ ਪੰਚਾਇਤਾਂ ਲਿਆਉਗੀ ਪੰਚਾਇਤਾਂ ਤਾਂ ਅਸੀਂ ਲਿਆਵਾਂਗੇ ਹੁਣ ਤੁਹਾਨੂੰ ਦੱਸਾਂਗੇ ਵੀ ਕਿਵੇਂ ਫੋਨ ਤੇ ਲੱਗੀਆਂ ਰਹਿੰਦੀਆਂ ਨੇ ਯਾਰ ਉਹਨੇ ਗੱਲ ਗੁੱਲ ਕਰ ਲਈ ਗਾਹਾਂ ਕਿਤੇ ਤਾਂ ਹੀ ਚੜੀ ਚੜਾਈ ਆਈ ਹੈ ਪਹਿਲਾਂ ਉੱਥੇ ਉਹਦੇ ਮੁੰਡੇ ਨਾਲ ਕਲੇਸ ਕਰਦੇ ਕੱਲ ਫੋਨ ਆਇਆ ਸੀ ਉਹਦਾ ਚੱਲ ਸੋਕਰਾ ਭੂਆ ਵਰਗੇ ਜੀ ਘਰੇ ਨੇ ਇੱਥੇ ਹੋਰ ਜਲੂਸ ਨਿਕਲਦਾ ਉਹੀ ਤਾਂ ਗੱਲ ਆ ਬਾਈ ਤੁਹਾਡੇ ਆਂਢ ਗੁਆਂਢ ਵਾਲੇ ਕੀ ਕਹਿਣਗੇ ਵੀ ਇਹਨਾਂ ਘਰੇ ਕੌਣ ਬੋਲਦੇ ਨੇ ਇਹਨੂੰ ਤਾਂ ਨਹੀਂ ਹੈਗੀ ਲੱਥੀ ਚੜੀ ਦੀ ਹਰਜੀਤ ਪੁੱਤ ਮੇਰੀ ਗੱਲ ਸੁਣ ਅਮਨ ਵਰਗਿਆਂ ਕੋਲੇ ਜਾਂ ਤੇਰੀ ਭੂਆ ਵਰਗਿਆਂ ਕੋਲੇ ਭਾਈ ਗੱਲ ਨਾ ਕਰੀ ਹੱਥ ਬੰਨ ਕੇ ਬੇਨਤੀ ਆ ਕਿ ਵਿਚਾਰੇ ਦਾ ਐਵੇਂ ਮਨ ਦੁਖੀ ਹੋਊਗਾ ਉਹਨਾਂ ਦਾ ਹੋਰ ਕੋਈ ਨਾ ਪੁੱਤ ਵਿਆਹ ਨਿਬੜ ਜੀ ਅਸੀਂ ਵਗ ਜਾਵਾਂਗੇ ਸਾਡੇ ਜਵਾਕ ਨਹੀਂ ਕਹੂਗੀ ਮੇਰਾ ਕਾਹਦਾ ਵਿਆਹ ਹੋ ਗਿਆ ਇਹਨਾਂ ਦਾ ਕੰਜਰਖਾਨਾ ਇੱਥੇ ਮਕਾਣੀ ਬਹਾ ਲੀਆਂ ਪੁੱਤ ਬਣ ਕੇ ਹੁਣ ਇਹ ਗੱਲ ਨਾ ਕਰੀ ਤੂੰ ਆਪਦੀ ਭੂਆ ਕੋਲੇ ਚੱਲ ਕੋਈ ਨਾ ਬਾਪੂ ਜੀ ਮੈਂ ਨਾ ਕਰੂੰਗਾ ਪਰ ਤੁਸੀਂ ਇੱਥੋਂ ਵੀ ਜਾਣਾ ਤੁਹਾਡਾ ਘਰ ਇਹ ਜਦੋਂ ਜਿੰਨਾ ਟਾਈਮ ਮਰਜ਼ੀ ਰਹੋ ਤੁਸੀਂ ਇੱਥੇ ਚੰਗਾ ਨੀ ਲੱਗਦੇ ਜਾਣਾ ਤਾਂ ਆਪਦੇ ਘਰੇ ਆ ਪਰ ਗੱਲ ਇਹ ਆ ਵੀ ਇਹਨਾਂ ਦੇ ਵੱਟ ਕੱਢ ਕੇ ਹੁਣ ਫੇਰ ਘਰੇ ਵੜੂੰਗਾ ਉਹਨਾਂ ਚਿਰ ਘਰੇ ਨੀ ਵੜਦਾ ਚੱਲ ਘਰੇ ਤਾਂ ਬਾਪੂ ਹੀ ਜਾਣਾ ਪਰ ਤੁਸੀਂ ਸਿੱਧੇ ਮੂੰਹ ਨੀ ਬੋਲਦੀ ਐਂ ਕਿਵੇਂ ਕੱਟ ਲਓ ਤੁਸੀਂ ਇਹਦੇ ਨਾਲ ਉਹ ਬਾ ਕੱਟੇ ਹੀ ਪਿਆ ਯਾਰ ਮੈਂ ਤਾਂ ਜਾ ਕੇ ਬਸ ਇਹਨਾਂ ਨਾਲ ਨਿਬੜਨ ਵਾਲਾ ਦਾਖਲ ਬੇਦਾਖਲ ਲਿਖਾ ਦੋ ਇਹਨਾਂ ਨੂੰ ਜਾ ਕੇ ਹਰਜੀਤ ਪੀ ਲੋ ਘੁੱਟ ਪੁੱਤ ਮੇਰੀ ਗੱਲ ਸੁਣ ਤੂੰ ਆਪਦੀ ਪਸੰਦ ਦੇ ਖਰੀਦਣੇ ਨਾ ਹੁਣ ਮੈਨੂੰ ਬੁੜੀ ਧੀਵੀ ਨੂੰ ਕੀ ਪਤਾ ਤੂੰ ਕਹੇ ਜੇ ਪਾਉਣੇ ਅੱਜ ਕੱਲ ਦੇ ਰਿਵਾਜ ਦੇ ਚੰਗਾ ਦੇਣ ਲੈਣ ਵਾਲੇ ਆਪਾਂ ਕੱਲ ਨੂੰ ਲੈ ਕੇ ਆਵਾਂਗੇ ਮੇਰੀ ਗੱਲ ਸੁਣ ਹੁਣ ਜਦੋਂ ਕੁੜੀ ਆਪਦੇ ਸੂਟ ਖਰੀਦੂ ਕਿਹੜਾ ਇੱਕ ਦੁਕਾਨ ਤੋਂ ਮਿਲ ਜਾਣਗੇ 10 ਦੁਕਾਨਾਂ ਤੋਂ ਦੇਖ ਕੇ ਪਸੰਦ ਆਉਂਦੇ ਇਹਨੂੰ ਹੀ ਉੱਥੇ ਕਵੇੜਾ ਹੋ ਜੂਗਾ ਅੱਥਣ ਹੋ ਜੂਗਾ ਇੱਕ ਪਸੰਦ ਕਰੂ ਦੋ ਦੂਜਾ ਦਿਖਾ ਦੇਣਗੇ ਦੂਜਾ ਪਸੰਦ ਕਰੂ ਤੀਜਾ ਦਿਖਾ ਦੇਣਗੇ ਇਹਨਾਂ ਨੂੰ ਉਹੀ ਕਵੇਲਾ ਹੋ ਜੂ ਬਾਈ ਨਾਲੇ ਮੇਰੀ ਗੱਲ ਸੁਣ ਬਾਜ਼ਾਰ ਤਾਂ ਆਪਾਂ ਚੱਲ ਨੀ ਰਹਿੰਦੇ ਆ ਬਾਈ ਆਪਾਂ ਫੇਰ ਲਿਆਵਾਂਗੇ ਲੈਣ ਦੇ ਨਾਲ ਏਡੀ ਗੱਲ ਉਹ ਗੱਲ ਬੁੜੀਆਂ ਦੇ ਕੰਮ ਦਾ ਬੁੜੀਆਂ ਨੂੰ ਪਤਾ ਹੁੰਦਾ ਆਪਾਂ ਨੂੰ ਕੀ ਪਤਾ ਬਾਈ ਉਹ ਤਾਂ ਤੇਰੀ ਗੱਲ ਠੀਕ ਆ ਗੱਲ ਤਾਂ ਮੈਂ ਐ ਕਰਦਾ ਸੀ ਨਾ ਵੀ ਕੱਲੇ ਇੱਧਰ ਹੀ ਨਾ ਤੁਰੀਆਂ ਫਿਰੋ ਹੋਰ ਵੀ ਕੰਮ ਕਰਨਾ ਮੈਨੂੰ ਲੱਗਦਾ ਨਾ ਤੇ ਨੰਦਾ ਤੋਂ ਬਾਅਦ ਵੀ ਨਹੀਂ ਸੂਟ ਲੋਟਣੇ ਨਹੀਂ ਤਾਂ ਮੈਂ ਇਹਨੂੰ ਤੋਰ ਦਿੰਦੀ ਨਾਲ ਇਹਨੂੰ ਮੈਨੂੰ ਪਤਾ ਹੈਗਾ ਇੱਕ ਦੁਕਾਨ ਤੇ ਜੇ ਬਾਕੀ ਜੇ ਅਗਲੇ ਨੇ ਦੋ ਸੂਟ ਕੱਢ ਕੇ ਦਿਖਾ ਦੇਣਾ ਉਹਦੇ ਗੇਰੂ ਪਾਸਾ ਦੋਹੇ ਲੈ ਲਾ
फिक्र मन चंगा बाजार ही लूटा बापू आई ਇਹਦਾ ਉਹ ਗੱਲ ਹਜੇ ਕੁਛ ਵੀ ਨਹੀਂ ਗਏ 15-15-20 ਦਿਨ ਲੱਗ ਜਾਂਦੇ ਨੇ ਕੋਈ ਇਹਨੂੰ ਆਏ ਨਹੀਂ ਪਤਾ ਵੀ ਇੱਕ ਗੇੜੇ 'ਚ ਨਹੀਂ ਸਾਰਾ ਸਮਾਨ ਆਉਂਦਾ 20 ਗੇੜੇ ਵੱਜਣਗੇ ਹਲੇ ਤਾਂ ਕਾਹਨੂੰ ਵਿਆਹ ਕਰਿਆ ਤੇਰੇ ਵਿਆਹ ਵਾਲੇ ਇੱਕ ਦਿਨ ਲੈ ਆਇਆ ਸੀ ਮੈਂ ਤਾਂ ਸਮਾਨ ਆਹ ਫਿਰ ਮੇਰਾ ਤਾਂ ਮੈਨੂੰ ਪਤਾ ਹੀ ਹੈ ਜਿਹੜਾ ਝੁੜ ਸਮੜੂਆ ਕੀਤਾ ਸੀ ਤਾਂ ਲਿਆ ਕੇ ਦਿੱਤੀ ਸੀ ਮੈਂ ਬਰੀ ਉਹ ਵੀ ਟਾਈਮ ਦਾ ਫਰਕ ਸੀ ਜ਼ਮਾਨੇ ਦਾ ਫਰਕ ਸੀਗਾ ਅੱਜ ਕੱਲ ਤਾਂ ਹਰੇਕ ਆਪਦੀ ਪਸੰਦ ਦਾ ਪਾਉਂਦਾ ਧੀ ਪੁੱਤ ਵੀ ਕੱਪੜਾ ਬਈ ਮੇਰੀ ਗੱਲ ਸੁਣ ਲੈ ਮੇਰਾ ਟਾਈਮ ਹੋਰ ਸੀ ਮੈਂ ਤਾਂ ਇੱਥੋਂ ਆ ਪਿੰਡ ਵਾਲੀ ਦੁਕਾਨ ਤੋਂ ਇਹਨੇ 4 ਸੂਟੜੇ ਲਿਆਤੇ ਸੀਗੇ ਉਹ ਜੇ ਮੈਂ ਲੈ ਕੇ ਬਾਕੀ ਪਰ ਹੁਣ ਅੱਜ ਕੱਲ ਦੀਆਂ ਕੁੜੀਆਂ ਨਹੀਂ ਨਾ ਪਾਉਂਦੀਆਂ ਜ਼ਮਾਨੇ ਹਿਸਾਬ ਨਾਲ ਚੱਲਣਾ ਪੈਂਦਾ ਚਲ ਪੂ ਮੈਂ ਤਾਂ ਕਹਿੰਦਾ ਤੂੰ ਮੈਂ ਹੁਣ ਬਾਗੇ ਨਾਲ ਆਰਟੀ ਕੋਲੇ ਜਾਇ ਹੁੰਦੀ ਵੇ ਮੇਰੀ ਗੱਲ ਸੁਣ ਪੁੱਤ ਮੈਂ ਪਤਾ ਕਿਉਂ ਨਹੀਂ ਗਈ ਮੈਨੂੰ ਤਾਂ ਹੋਰ ਹੀ ਫਿਕਰ ਸੰਸੇ ਨਹੀਂ ਘਰੋਂ ਨਿਕਲਣ ਦਿੰਦੇ ਤੂੰ ਕੀ ਹੋ ਰਿਹਾਗਾ ਲੈ ਹੁਣ ਤੈਨੂੰ ਨਹੀਂ ਪਤਾ ਕੱਲ ਦੇ ਕੇ ਜੀ ਅਮਨ ਦੀ ਸੱਸ ਆ ਕੇ ਗਈ ਆ ਬਾਹ ਤੇਰੇ ਵਾਲੀ ਸੱਸ ਉੱਥੇ ਪਹੁੰਚ ਗਈ ਆਸ-ਆਸ ਉਹਨਾਂ ਨੂੰ ਗੱਲਾਂ ਕਹਿ ਕੇ ਆਈ ਕਹਿੰਦੀ ਤੁਸੀਂ ਸਾਕ ਨਾ ਉੱਥੇ ਕਰੋ ਆਦੇ ਮੁੰਡੇ ਦਾ ਕਹਿੰਦੀ ਹੁਣੀ ਜਵਾਬ ਦੇ ਦਿਓ ਐਡੇ ਮਾੜੇ ਯਾਰ ਉੱਥੇ ਤੱਕ ਵੀ ਪਹੁੰਚ ਗਏ ਉਹੀ ਤਾਂ ਹੈ ਲੈ ਹਜੇ ਅਮਨ ਕਹਿੰਦੀ ਕਹਿੰਦੀ ਭਰਜਾਈ ਬਿਨਾ ਕੀ ਆਪਾਂ ਵਿਆਹ ਕਰਾਂਗੇ ਉਹਨੂੰ ਸੱਦ ਲੈਨੇ ਆ मापे सियाने होंगे धी का घर बसाउण च राजी होंगे ने ओदे ओनू लै गई आ हुण अपनी कुड़ी का घर पटण नूं फिरदे आ बई मेरी गल सुण चंगे नी लगदे नाले हरजीत यह सारा करिया नूं दा ਸਾਰੀ ਉਂਗਲ ਉਹਨੇ ਸਿਮਰ ਨੂੰ ਲਾਈ ਹੋਣੀ ਆ ਸਿਮਰ ਨੇ ਆਪਦੀ ਫਿਰ ਮਾਂ ਉੱਥੇ ਭੇਜੀ ਹੋਊਗੀ ਉਹੀ ਤਾਂ ਹੈ ਉਹਦੇ ਲਈ ਝੱਜੂ ਪੈਂਦਾ ਹੈਗਾ ਜਿੱਦੇ ਦੀ ਉਹ ਇੱਥੇ ਪੱਟ ਪੈਂਦੀ ਆ ਕੇ ਗਈ ਹੈ ਚੱਲ ਛੱਡ ਯਾਰ ਚੱਲ ਬਾਈ ਆਪਾਂ ਚੱਲ ਕੇ ਆਈਏ ਪਰਚੀ ਜੀ ਹੈਗੀ ਆ ਮੇਰੇ ਕੋਲੇ ਮੈਨੂੰ ਲੱਗਦਾ ਚੱਲ ਅਸੀਂ ਫਿਰ ਪੇਰ ਵਾਲੇ ਭਾਂਡੇ ਨੂੰ ਕਿਹਾ ਜੀ ਜਾ ਜਾ ਆਓ ਵੀਰਾ ਜਾ ਆਓ ਹੋਰ ਚੱਲ ਪੂ ਤੂੰ ਵੀ ਐਵੇਂ ਟੈਨਸ਼ਨ ਮੈਂ ਚੱਲ ਨਹੀਂ ਤੇਰੇ ਪਿਓ ਨੂੰ ਆਕਲ ਨਹੀਂ ਮੌਤ ਨੂੰ ਹਰੇ ਗੱਲ 'ਚ ਮੇਰੇ ਨਾਲ ਜਿੱਦਣ ਬਹਿ ਜਾਂਦਾ ਹੈਗਾ ਦੱਸ ਉਹ ਫਿਰ ਪੂ ਜੋ ਪਹਿਲੇ ਦਿਨੋਂ ਇਹਦੀ ਇਹ ਜੀ ਮੱਤ ਤੋਂ ਪਤਾ ਤਾਂ ਹੈਗਾ ਇਹਦੇ ਚੱਜ ਦਾ ਹੁੰਦਾ ਫਿਰ ਉਹ ਕਹਿੰਦਾ ਤੂੰ ਕਿੱਥੇ ਰਹਿੰਦੀ हाथ मूह धो के आप गेड़ा कढ के आई मां चाची की घरे जाके 10 मिनट ਉਹ ਮਾਂ ਮੈਂ ਤਾਂ ਇਹ ਕਹਿੰਦਾ ਸੀ ਉਹ ਮਈਆਂ ਖਰੂ ਪਾਈ ਬੈਠੀਆਂ ਨੇ ਉਹਨਾਂ ਨੇ ਗੋਹਾ ਮਿਦ ਮਿਦ ਕੇ ਨਾ ਉਹ ਚੜਾਤਾ ਕੰਧਾਂ ਤੇ ਮੇਰੀ ਗੱਲ ਸੁਣਾ ਨਾ ਮੈਂ ਤੇਰੇ ਚਾਚੇ ਕੇ ਲਈਆਂ ਮੈਂ ਤਾਂ ਕੰਮ ਵਾਲੀ ਨੂੰ ਕਹਿਣ ਗਈ ਸੀ ਵੀਰ ਹੁਣ ਦਿਨ ਕਹਿ ਰਹੇ ਗੇ ਨਾਲੇ ਤਾਂ ਗੋਹਾ ਸਿੱਟ ਦੂ ਅੱਛਾ ਨਾਲੇ ਉਹ ਘਰੇ ਮੇਰੇ ਨਾਲ ਕੋਈ ਕਪੜਾ ਲੀੜਾ ਤਵਾ ਦੂਗੀ ਉਹਨੂੰ ਕਹਿ ਕੇ ਆਈਆਂ ਉਹ ਅੱਜ ਆਊਗੀ ਕੰਮ ਤੇ ਆਪੇ ਸਿੱਟ ਜੂਗੀ ਗੋਹਾ ਤਾਂ ਨਾਲੇ ਤੁਸੀਂ ਕਹਿੰਦੇ ਬਾਜ਼ਾਰ ਜਾਣਾ ਹੈਗਾ ਫਿਰ ਬਗ ਜੋਗਾ ਹੱਥੇ ਜਾਉਂਗੇ ਹੁਣ ਬਾਜ਼ਾਰ ਜਾਂਦੇ ਆ ਪੁੱਤ ਹੁਣ ਦਾਲ ਧਰੀ ਹੈਗੀ ਹੁਣ ਰੋਟੀਆਂ ਤਾਂ ਲਾ ਲਈਏ ਚਾਹ ਦਾ ਟੁਕੜਾ ਤਾਂ ਝੁਲਸ ਕੇ ਜਾਵਾਂਗੇ ਚਲ ਕੋਈ ਨਹੀਂ ਚਟਨੀ ਚੁਟਨੀ ਰਗੜ ਲੈਂਦੇ ਕੀ ਸੀ ਸਬਜ਼ੀ ਨੂੰ ਹੱਥ ਨੇ ਬਣਾ ਲੈਂਦੇ ਉਹ ਮੇਰੀ ਗੱਲ ਸੁਣੋ ਰਾਜ ਹਾਂ ਉਹ ਤੂੰ ਇਹ ਤਾਂ ਕੱਪੜੇ ਉਹ ਕੁੜੀ ਵਾਸਤੇ ਲਿਆਉਂਗੀ ਕੋਸ ਆਪਦੇ ਵਾਸਤੇ ਲਿਆਉਂ ਤੂੰ ਭਾਈ ਆਪਦੇ ਜਿਹੜੇ ਕੱਪੜੇ ਲੈ ਲੈਣੇ ਉਹਨੇ ਜਾ ਕੇ ਲੈ ਆਈ ਕਿਸੇ ਵੇਲੇ ਪਿੱਛੋਂ ਤਿੰਗੜੀ ਜਾਵੇਗਾ ਵੀ ਮੇਰੀ ਪਸੰਦ ਨਹੀਂ ਇਹ ਬਲਾਨਾ ਤੇ ਮੇਰੀ ਗੱਲ ਸੁਣ ਬਾਪੂ ਪਹਿਲਾਂ ਤੁਸੀਂ ਦੂਜਾ ਕੰਮ ਨਵੇੜੋ ਮੈਂ ਤਾਂ ਆਪਦੇ ਕੱਪੜੇ ਰੈਡੀਮੇਡ ਲਿਆਉਂਗਾ ਬਣੇ ਬਣਾਏ ਇੱਕ ਦਿਨ 'ਚ ਜਾ ਕੇ ਲਿਆਉਂਗਾ ਚਲ ਚੰਗਾ ਠੀਕ ਹੈ ਫਿਰ ਮੈਂ ਤਾਂ ਐਂ ਕਹਿੰਦੀ ਆ ਭਾਈ ਅਸੀਂ ਬਰੀਆਂ ਖਰੀਦਾਂਗੇ ਕੱਲ ਨੂੰ ਕੁੜੀ ਦੇ ਪਸੰਦ ਆਉਣ ਨਾ ਆਉਣ ਹੈ ਮੈਂ ਤਾਂ ਕਹਿੰਦੀ ਤੂੰ ਨਾਲ ਵਾਲ ਚੱਲ ਉਹ ਮੈਨੂੰ ਕੀ ਪਤਾ ਮਾਂ ਬੁੜੀਆਂ ਵਾਲੇ ਸਮਾਨ ਦਾ ਉਹੀ ਗੱਲ ਤੁਸੀਂ ਹੁਣ ਹੈਗੇ ਹੋ ਚਾਚੀ ਨੂੰ ਲੈ ਜਾ ਵਾਲਾ ਕਰਦੀਆਂ ਨਾਲ ਆਪੀ ਪਸੰਦ ਕਰਾ ਕੇ ਲੈ ਆਉ
ਜਵਾਕਾਂ ਦੀ ਤਾਂ 100 ਗੱਲ ਹੁੰਦੀ ਤੇ ਚਾਚੇ ਦੀ ਨੂੰਹ ਨੂੰ ਲੈ ਜਾਂਦੇ ਚਾਚੀ ਨੂੰ ਵੀ ਲੈ ਜਾਂਦੇ ਅਸੀਂ ਦੋਨੇ ਬੁੜੀਆਂ ਹੋ ਜਾਾਂਗੇ ਸਾਨੂੰ ਕੀ ਪਸੰਦ ਦਾ ਪਤਾ ਨਾ ਮੇਰੇ ਵਾਜਾਂ ਦਾ ਚਲ ਕੋਈ ਗੱਲ ਨਹੀਂ ਉਹਨੂੰ ਲੈ ਜਵਾ ਇੱਕ ਬਾਪੂ ਵਗ ਜੂਗਾ ਨਾਲ ਇਹਨੂੰ ਵੀ ਪਤਾ ਬਥੇਰਾ ਜਾਂਦੇ ਹੀ ਰਹਿੰਦਾ ਇਹ ਬਾਜ਼ਾਰ ਵੇ ਇਹਨੂੰ ਵੀ ਨਹੀਂ ਪਤਾ ਭਾਈ ਬੁੜੀਆਂ ਵਾਲੇ ਛੁੱਟਾਂ ਦਾ ਤਾਂ ਕੱਪੜੇ ਲੀੜੇ ਦਾ ਮੈਨੂੰ ਕੀ ਭੇਤ ਆ ਚਲ ਉਹ ਸੁਨਿਆਰਾ ਵਾਲਾ ਕੰਮ ਮੈਂੜਾ ਉਹਨੂੰ ਸਾਈ ਸੂਈ ਫੜਾਉਣ ਜਾ ਕੇ ਉਹਨੂੰ ਪੈਸੇ ਫੜ ਕੇ ਉਹ ਫੜਾ ਜਾਊਗਾ ਮੈਂ ਹੋਰ ਤਾਂ ਕੀ ਕਰਨਾ ਚਲ ਚੰਗਾ ਕੋਈ ਨਹੀਂ ਕਰ ਲਓ ਬਸ ਜਿਵੇਂ ਕਰਨਾ ਚਲ ਆ ਤੂੰ ਨਾ ਸੋਚ ਕਰ ਅਸੀਂ ਆਪੇ ਨਿਬੇੜ ਲਾਂਗੇ ਇਹ ਕੰਮ ਤਾਂ ਮੈਂ ਤੈਨੂੰ ਆਏ ਆਦੀ ਸੀ ਸੁਨਿਆਰਾ ਵਾਲਾ ਕੰਮ ਜਿਹੜੀਆਂ ਟੂਮਾਂ ਉਹਦੀਆਂ ਪਈਆਂ ਨੇ ਪਹਿਲਾਂ ਵਾਲੀ ਦੀਆਂ ਵੀ ਉਹ ਪਨਾਹ ਟੜਾ ਕੇ ਉਹੀ ਕਰਾ ਦਈਏ ਕਿ ਜਾਂ ਫਿਰ ਉਹੀ ਪਾ ਦਈਏ ਕਿਵੇਂ ਕਰੀਏ ਉਹ ਜਿਵੇਂ ਤੇਰਾ ਚਿੱਤ ਮੰਨਦਾ ਉਵੇਂ ਕਰ ਲਈ ਮੈਨੂੰ ਇਹਦੇ ਬਾਰੇ ਕੀ ਪਤਾ ਹੈਗਾ ਤੂੰ ਜਿਵੇਂ ਜੇ ਪਹਿਲਾਂ ਵਾਲੀਆਂ ਨੋਟ ਕਰਾਉਣੀਆਂ ਉਹ ਕਰਾ ਲਈ ਜੇ ਨਵੀਆਂ ਕਰਾਉਣੀਆਂ ਉਹ ਪਿਆਰ ਉਹ ਸੀ ਉਹਨਾਂ ਦਾ ਕਦੇ ਕੰਮ ਆਈ ਜਾਂਦਾ ਹੈ ਮਾਇਆ ਇਹ ਕਹਿੰਦੀਆਂ ਕਿਉਂ ਆੜਤੀਆਂ ਮੈਂ ਵਿਆਜ ਪੜਨਾ ਉਹ ਤਾਂ ਕੁਛ ਤਾਂ ਉਹ ਪੁਰਾਣਾ ਜਿਹਾ ਡਿਜ਼ਾਈਨ ਹੋ ਗਿਆ ਕੁਛ ਮੈਨੂੰ ਵਹਿਮ ਵੀ ਹੈ ਉਹ ਮੈਂ ਤਾਂ ਪਾਉਂਦੀ ਨਹੀਂ ਦੁਬਾਰੇ ਵੀ ਉਹੀ ਬਣਾ ਕੇ ਦੁਬਾਰੇ ਹੁਣ ਦੇ ਰਿਵਾਜ਼ ਦੀਆਂ ਕਰਾ ਦਿੰਦੇ ਆਂਗੇ ਚਲ ਇਹ ਵੀ ਤੇਰੀ ਗੱਲ ਠੀਕ ਹੈ ਬਾਕੀ ਆ ਜਿਹੜੇ ਤੂੰ ਕੱਪੜੇ ਜਿਹੜੇ ਦੀ ਗੱਲ ਕਰਦੇ ਆ ਬਰੀ ਬੁਰੀ ਦਾ ਕੀ ਹੁੰਦਾ ਉਹਦੇ 'ਚ ਜਿਹੜੇ ਚਾਰ ਸੂਟ ਰਹਿਣ ਨਾ ਚੱਜ ਦੇ ਹੀ ਲੈ ਲਈ ਜੇ ਨਾ ਪਸੰਦ ਆਏ ਉਹਦਾ ਕੋਈ ਫਾਇਦਾ ਨਹੀਂ ਰੁਪਈਆ ਲਾਉਣ ਦਾ ਬਾਲੇ ਲੈਣ ਨਾਲੋਂ ਤੂੰ ਘੱਟ ਹੀ ਲੈ ਲਈ ਵੇ ਲਊਂਗੀ ਤਾਂ ਚੱਜ ਦੇ ਹੀ ਹੋਰ ਕੋਈ ਐਂ ਕੁੱਤਿਆਂ ਦਾ ਕੱਪੜਾ ਤਾਂ ਨਹੀਂ ਮੈਂ ਖਰੀਦਦੀ ਹੁਣ ਮੈਨੂੰ ਵੀ ਪਤਾ ਹੀ ਆ ਤਾਂ ਹੀ ਤਾਂ ਉਹਨੂੰ ਲੈ ਕੇ ਜਾਂਦੀ ਆ ਵੱਡੀ ਜੀ ਨੂੰ ਨਾਲ ਕਹਿ ਕੇ ਆਈ ਆ ਉਹਨੂੰ ਮੈਂ ਤੂੰ ਮੇਰੇ ਨਾਲ ਵਗ ਚੱਲੀ ਹਾਂ ਚੱਲ ਹੁਣ ਦੇ ਜਵਾਨੇ ਦੇ ਉਹਨੂੰ ਭੇਤ ਹੈ ਉਹ ਹਿਸਾਬ ਦਾ ਖਰੀਦ ਲੂ ਉਹੀ ਤਾਂ ਗੱਲ ਹੁਣ ਕੁੜੀਆਂ ਕੱਦਰੀਆਂ ਤਾਂ ਪਤਾ ਹੁੰਦਾ ਹੁਣ ਮੈਨੂੰ ਕੀ ਪਤਾ ਹੈਗਾ ਪਰ ਉਹਦੇ ਬਾਰੇ ਇੱਕ ਉਹ ਤੈਨੂੰ ਮੈਂ ਕੰਬਲਾਂ ਦੇ ਬਾਰੇ ਕਹਿਣਾ ਮੁੜ ਮੁੜ ਕੇ ਕਿਤੇ ਚੱਕ ਲਿਆਵੇ ਸੀ ਸੱਤ ਉਹ ਇੱਥੋਂ ਉੱਧਰ ਜਾਣਗੇ ਉੱਧਰੋਂ ਫਿਰ ਇੱਥੇ ਆਉਣਗੇ ਰਾਹਾਂ ਜੀ ਕਿਹੜੇ ਦਿੱਤੇ ਤੁਰੇ ਫਿਰਦੇ ਨੇ ਉਹ ਵੇ ਕਿਹੜੇ ਸੀ ਸੱਤ ਉਹ ਤਾਂ 20-30 ਲਿਆਉਣੇ ਪੈਣਗੇ ਸਾਰੇ ਲਾਗੀਆਂ ਤੱਥੀਆਂ ਬੁਲਾਉਣੇ ਪੈਂਦੇ ਨੇ ਹੋਰ ਵੀ 100 ਹੋ ਜਾਂਦੇ ਨੇ ਦੇਣ ਲੈਣ ਉਹ ਸਮਝ ਨਹੀਂ ਆਉਂਦੀ ਨਾ ਤਾਂ ਉਹ ਚੱਜ ਦਾ ਉਹ ਕੋਈ ਕੱਪੜਾ ਆਉਂਦਾ ਨਾ ਤਾਂ ਬੰਦੇ ਦੇ ਸਿਰ ਤੇ ਆਵੇ ਨਾ ਪੈਰਾਂ ਤੱਕ ਜਾਵੇ ਉਹ ਫਿਰ ਹੁਣ ਦੇਣ ਲੈਣ 'ਚ ਚੱਲਦੇ ਹੀ ਉਹੀ ਨੇ ਕੀ ਕਰੀਏ ਮੇਰੀ ਗੱਲ ਸੁਣ 100 ਰੁਪਈਏ ਦਾ ਹੁੰਦਾ ਕੰਬਲ ਜੇ ਮੇਰੇ ਵਰਗੀ ਸੂਟ 'ਚ 100 ਰੁਪਈਆ ਪਾ ਦਿੰਦੀ ਆ ਉਹ ਤਾਂ ਕੋਈ ਦੇਖਦੀ ਨਹੀਂ ਇਹ ਚ ਕੰਬਲ ਨੀ ਲਾਇਆ ਇਹ ਚ ਖੇਸ ਨੀ ਲਾਇਆ ਫੇਰ ਬੁੜੀਆਂ ਉਹੀ ਕੰਮ ਕਰਦੀਆਂ ਨੇ ਉਹ ਤਾਂ ਲਾਉਣਾ ਪੈਂਦਾ ਨਾਲ ਉਹ ਚੱਲ ਤੂੰ ਆਪਾਂ ਨੂੰ ਤਾਂ ਮੇਰੇ ਰਿਸ਼ਤੇਦਾਰੀ ਇਧਰਲੇ ਵਾਸਤੇ ਲਿਆਉਣੇ ਪੈਣਗੇ ਤੂੰ ਗਾਹਾਂ ਆਪਣੇ ਜਿਹੜੇ ਰਿਸ਼ਤੇਦਾਰੀ ਉਹਨਾਂ ਨੂੰ ਸਾਰਿਆਂ ਨੂੰ ਕਹਦੀ ਕਹਿੰਦੇ ਭੇਜ ਦਾ ਪੈਸੇ ਦਾ ਵਿਆਹ ਰੱਖਾਂਗੇ ਚੱਲ ਫਿਰ ਮੈਂ ਤਾਂ ਤੇਰੀ ਮੰਨ ਲੈਂਦੀ ਹਾਂ ਠੀਕ ਆ ਜਿਹੜੇ ਤੇਰੇ ਰਿਸ਼ਤੇਦਾਰ ਕੋਈ ਆਉਣਗੇ ਚਾਰ ਮੈਂ ਤਾਂ ਕਹਿੰਦੀ ਇਹਨੇ ਕਿਹਾ ਸੀ ਮੈਂ ਤਾਂ ਸੂਟਾਂ 'ਚ 100-100 ਰੁਪਈਆ ਪਾ ਦੂੰ ਮੈਂ ਤਾਂ ਕੰਬਲਾਂ ਦੀਆਂ ਗੱਡੀਆਂ ਵੱਜਦੀ ਨਹੀਂ ਉਹ ਵਧੀਆ ਗੱਲਾਂ ਪੇਟੀਆਂ ਭਰੀ ਜਾਂਦੇ ਨਾ ਤਾਂ ਉਹ ਕੰਮ ਆਉਣ ਨਾ ਲੈਣਾ ਨਾ ਦੇਣਾ ਚੱਲ ਜੇ 10 ਰੁਪਏ ਆ ਜਾਣੇ ਇਕੱਠੇ ਹੋਣੇ ਕੰਮ ਆ ਜਾਣਗੇ ਜਦੋਂ ਅਗਲੇ ਦੇ ਵਿਆਹ ਸਾਹ ਹੋਇਆ ਕੋਈ ਆਪਾਂ ਮੁੜ ਆਵਾਂਗੇ ਫਿਰ ਹੁਣ ਆਪਾਂ ਤਾਂ ਇਸ ਚੀਜ਼ ਨੂੰ ਸਮਝਦੇ ਅਗਲੀਆਂ ਤਾਂ ਕੋਈ ਨਹੀਂ ਸਮਝਦੀਆਂ ਉਹ ਤਾਂ ਕਹਿੰਦੇ ਕੰਬਲ ਨਹੀਂ ਲਾਇਆ ਖੇਸ ਨਹੀਂ ਲਾਇਆ ਸਾਡਾ ਮਨ ਸੋਣਾ ਕਰਤਾ ਅਸੀਂ ਤਾਂ ਕੁਛ ਨਹੀਂ ਲਾਉਂਦੇ ਕਹਿੰਦੇ ਭਾਈ 70 ਰੁਪਈਆਂ 'ਚ ਨਿਬੇੜਾਂਗੇ ਚੱਲ ਫਿਰ ਹਾਂ ਭੂਆ ਨੇ ਆਪਣੀ ਨੇ ਵਿਆਹ ਤਾਂ ਕੀਤਾ ਸੀਗਾ ਉਦੋਂ ਮੁੰਡੇ ਦਾ ਉਹਨੇ ਸਿੱਧੀ ਨਿਬੇੜ ਦੇ ਕਹਿੰਦੇ ਭਾਈ ਰੁਪਈਆਂ 'ਤੇ ਗੱਲ ਕਰੋ ਹੁਣ ਤਾਂ ਸੂਟ ਦਿੱਤਾ ਹੀ ਨਹੀਂ ਕਿਸੇ ਨੂੰ ਤਾਂ ਸਾਰੀਆਂ ਨੂੰ 500-500 ਰੁਪਈਆ ਦਿੱਤਾ ਸੀ ਜਿੰਨੀਆਂ ਅਸੀਂ ਬੁੜੀਆਂ ਗਈਆਂ ਸੀ ਸਾਰੀਆਂ ਨੂੰ 500-500 ਜਿਹੜੇ ਬੰਦੇ ਗਏ ਸੀ ਜਵਾਕ ਗਏ ਉਹਨਾਂ ਨੂੰ 100-100 ਚੱਕ ਸਿੱਧਾ ਹੀ ਨਿਬੇੜ ਤਾ ਸੀ ਇੱਕ ਡੱਬਾ ਮਠਿਆਈ ਦਾ ਦੇ ਕੇ ਵਧੀਆ ਕੰਮ ਕਰਤਾ ਉਹਨਾਂ ਨੇ ਹੋਰ ਖਰੀਦਿਆ ਹੀ ਉਹਨੇ ਕੁਛ ਵਧੀਆ ਰਹੀ ਮੈਂ ਤਾਂ ਕਹਿੰਦੀ ਮੇਰਾ ਤਾਂ ਕੰਮ ਪਸੰਦ ਆ ਉਹ ਗੱਲ ਕਰਾਂ ਹੁਣ ਗਾਹਾਂ ਵਾਲੇ ਨਹੀਂ ਪਸੰਦ ਕਰਦੇ ਆਪਣੇ ਰਿਸ਼ਤੇਦਾਰ ਚੱਲ ਤੂੰ ਐਂ ਕਰ ਉਹਦੇ ਕੋਲ ਜਾਇਆ ਕੁੜੀ ਕੋਲੇ ਉਹਨੂੰ ਕਹਦੇ ਭਾਈ ਤਿਆਰ ਹੋ ਜਾ ਪਤਾ ਉਹਨੂੰ ਤਾਂ ਮੈਂ ਕਿਹਾ ਹੀ ਉਹ ਕਹਿੰਦੀ ਮੈਂ ਵੀ ਬਸ ਥੋੜਾ ਜਿਹਾ ਕੰਮ ਰਹਿਣਾ ਨਿਬੇੜ ਲਾਂ ਚਾਚੀ ਕਹਿੰਦੀ ਮੈਂ ਤਿਆਰ ਹੋ ਜਾਊਂਗੀ ਤੁਹਾਡੇ ਆਉਂਦਿਆਂ ਨੂੰ ਤੂੰ ਦੇ ਜੂ ਕੋਈ ਝੁੱਗਾ ਚੁੰਨੀ ਬਦਲਣਾ ਹੈ ਕਥਾ ਬਦਲ ਲੈ ਮੈਂ ਚਾਰ ਰੋਟੀਆਂ ਲਾ ਲਿਆ ਚੱਲ ਚੰਗਾ ਨਿਬੇੜ ਲਾ ਕੰਮ ਆਹੋ ਖਾ ਕੇ ਵਗ ਚੱਲਦੇ ਆ ਤੇ ਰਾਜ ਨੂੰ ਕਹਿੰਦੇ ਮਾਲ ਪਸ਼ੂ ਸਾਂਭ ਲੂਗਾ ਚੰਗਾ ਨੀਰਾ ਚਾਰਾ ਕਹਿੰਦੇ ਟਾਈਮ ਨਾਲ ਪਾ ਲਈ ਮਰਦਿਆਂ ਕੱਲੀ ਤਾਂ ਬੁੜੀ ਵੀ ਨਾ ਹੋਵੇ ਚੁੱਲ੍ਹੇ ਤੇ ਕੀ ਨਾ ਰਾਏ ਕਰਾਂ ਇਹ ਜਾਲੇ ਚੱਕੇ ਪੈ ਜਾਂਦੇ ਨੇ ਮੇਰੀ ਗਿਆਨ ਨੂੰ ਪੰਗੇ ਪੈ ਰਹੇ ਨੇ ਸਾਰੇ ਹਰਜੀਤ ਦਾ ਵੀ ਸਰੇ ਪਿਆ ਨੀ ਵੀ ਟੋਕੇ ਟਾਕੇ ਲਵਾ ਰਿਹਾ ਵਾ ਜਾ ਕੇ ਲੈ ਕਿਵੇਂ ਗੰਦ ਪਿੱਲ ਵਿੱਚ ਫਸਾਇਆ ਪਿਆ ਫਿਰ ਕਹੂਗਾ ਪਸ਼ੂ ਕੱਖ ਨੀ ਖਾਂਦੇ ਕੀ ਖਾਣ ਸਵਾਹ ਖਾਣ ਓਹੋ ਕੀ ਬੋਲੀ ਨਾ ਤੂੰ ਉਹ ਇਹਦੇ ਕੰਨੀ ਧਿਆਨ ਦੇ ਲਿਆ ਕਰ ਜਮਾ ਟੋਕੇ ਯਾਰ ਮੁੜੇ ਪਏ ਨੇ ਆ ਕਰਦਾ ਸੀ ਮੈਂ ਤਾਂ ਗੰਦ ਪਿੱਲ ਜਾ ਫਸਿਆ ਪਿਆ ਸੀ ਵਿੱਚ ਉਹ ਬਾਪੂ ਫਿਰ ਸਾਰਾ ਦਿਨ ਮੈਂ ਵੀ ਕੀ ਕਰਾਂ ਤੂੰ ਵਗ ਜਾਂਦਾ ਖੋਲ ਕੇ ਦੇ ਦੇ ਮੈਂ ਵਗ ਜੂਗਾ ਜੇ ਖੋਲਦੇ ਹੁਣ ਅੱਗ ਲੱਗਦੀ ਹੁਣ ਤਾਂ ਮੈਂ ਕਰਾਈ ਨਾ ਲਿਆਵਾਂ ਚੱਲ ਮੇਰੀ ਗੱਲ ਸੁਣ ਬਾਪੂ ਹਾਂ ਤੈਨੂੰ ਮੈਂ ਕਹਿਣਾ ਮਹਾ ਤੂੰ ਆੜਤੀ ਕੋਲੇ ਨਾ ਆਪ ਜਾ ਕੇ ਉਹਨੂੰ ਕਹਿ ਕੇ ਮਾਣਾ ਮੋਟਾ ਵੀ ਸਾਨੂੰ ਰੁਪਈਆਂ ਦੀ ਕਹਦੇ ਵੀ ਵੱਧ ਲੋੜ ਪਊਗੀ ਵੀ ਆਪਦੇ ਹੱਥੇ ਠਾ ਰੱਖੇ ਯਾਰ ਸਾਰਾ ਦਿਨ ਤੇਰੇ ਦਿਮਾਗ 'ਚ ਆਹੀ ਖਿਆਲ ਆਉਂਦੇ ਰਹਿੰਦੇ ਮੇਰਾ ਕਿਹਾ ਹੋਇਆ ਭਾਵੇਂ 20 ਲੱਖ ਫੜ ਦੇ ਆਇਓ ਕੱਪੜੇ ਵਾਲੇ ਨੂੰ ਕਿਹਾ ਹੋਇਆਗਾ ਉੱਥੇ ਪੈਸੇ ਲਿਖਾ ਦਿਓ ਸੋਨੇ ਵਾਲੇ ਨੂੰ ਕਿਹਾ ਹੋਇਆ ਹੋਰ ਦੱਸ ਕੀ ਕਰਾਂ ਮੈਂ ਉਹ ਬਾਪੂ ਫਿਰ ਚੰਗਾ ਭੱਜ ਕੇ ਤਾਂ ਪਿਆ ਕਰ ਤੈਨੂੰ ਨਹੀਂ ਪਤਾ ਬਾਪੂ ਮੇਰੇ 'ਤੇ ਕਿੰਨੀ ਟੈਨਸ਼ਨ ਪੈ ਰਹੀ ਹੈ ਮੈਨੂੰ ਤਾਂ ਸਾਰਾ ਦਿਨ ਆਹੀ ਫਿਕਰ ਖਾਈ ਜਾਂਦਾ ਜਿੰਨਾ ਜਦੋਂ ਵਿਆਹ ਨੇੜੇ ਆਈ ਨਾ ਉਹ ਗੱਲਾਂ ਮੇਰੀ ਤਾਂ ਨੀਂਦ ਵੀ ਉੱਡੀ ਜਾਂਦੀ ਆ ਵੀ ਆਪਾਂ ਉਹ ਗੱਲਾਂ
की करोना तू तो ब्याह तो दस डोले तो डोले तो नहीं बापू तेन ये गलों का पता नहीं गा हूं मेनु ये गलों का पता अमन कुड़ी छड़ी नहीं इतने ठीक है उन्होंने पता अपने घर के हालात का गुस्से च बोलता छड़दा भैन भरावां दा प्यारी वाला गा मैं मजाक करदा कह देना ना तुसीं टेंशन लिया करो ना मेरा गुस्सा करे छोटे छोटे खेडदे आ उदों तो मैं ही बोलदा उहनूं दस चल बापू ठीक है फिर सानू भी आया हुंदा पता नहीं तू जाने रुखा बोल सानू तां मन दुखी हुंदा गा कोई ना साडा ना तुसी फिकर करया करो इसदा भैण भरा इक्को जी आंगे बस ओह मैनू सुना दिंदी आ मैं उहनू चार सुना दिंदा साडा तां कंपीटीशन चलदा गा चल कोई गल नहीं बापू चल आ कुतर ला कख कुतर दां गा टापा जे कष्टा सीगा आहो किते आई छड़ दें दंदे ओ कदा ओ कर लिया नी खरीदारी कपड़ेयां दी दो चार होर लै दी तां की फर्क पैंदा सी कोई ओहो तां दो भी नहीं लैंदी सी कहिंदी मासी रहन दो असीं हुण लई तां जांदे आ सूट मैं चल कोई नहीं पुत साडा हक बणदा कोई गल नहीं दो लै लै चल फिर तो वधिया करया होर ते नाले तू आया कहदे तू भी ले लांदी आवा सूट इत्थे समा समू लांगे आपां मेरी गल सुन कल नु जाऊगी भैन जी लैन कपड़े ओदो एक मैं मंगवा लूंगी एक तुसी समा लियो सूट मैं तां कहनी आ व्यूरी समा लांगे ओहनां उत्थे की करन जावांगे नाले नाले ओहनां नु पता लगूगा ओए ओ तां हैगी गल मैं मानदा तू भैन जी नु कह देंगी पर चंगा नहीं ना लगदा ज्यादा तू अज ही गई सी अज ही ले आऊंगी बस अज फिर कुड़ी नहीं अपने पसंद करे मैं कितों कढ़ाई आंदी फिर फिक्के सूट मैं चल अमन अज तो तू ही ले ला फिर असि कल नु देख लांगे आहो अज नाले मेरे कोल मुंडे दा आया सीगा फोन दीप दा अच्छा हां मैनू कहदा पापा कहना तुसी इत्थे जागी बह के खेत बाड़ी दा देख लो मैं कहां सारी जिंदगी मैं ही देखी जाना यार तेरे बण बदन के तू मगर हुण मैं ओही तां गल है मेरी गल सुनो नाले ओनू तरीक ना दस दियो वी 17 तरीक दा विआह है ओनू दसण दी कोई लोड़ ही नहीं हैगी चक के झुग्गा चुन्नी फेरू रिया जांगे जलूस कढ़ण ਓਏ ਹੋਰ ਹੁਣ ਯਾਰ ਇੱਥੇ ਮਾੜੀ ਮੋਟੀ ਜਿਹੜੀ ਇੱਜ਼ਤ ਬਣੀ ਆ ਉਹ ਦਾੜੀ 'ਚ ਫੁੱਲ ਪਾਏ ਉਹਦੇ ਚੱਕ ਕੇ ਮੂੰਹ ਇੱਥੇ ਆ ਗਈ ਦੱਸੋ ਪਰਾਉਣੇ ਸਾਹਮਣੇ ਕੀ ਇੱਜ਼ਤ ਰਹੀ ਆਪਣੀ ਉਹੀ ਤਾਂ ਗੱਲ ਹੈ ਬੋਲਣ ਦੀ ਉਹਨੂੰ ਅਕਲ ਨਹੀਂ ਹੈਗੀ ਫਿਰ ਉੱਥੋਂ ਬੋਲਦੀ ਆ ਜਿੱਥੋਂ ਨਾ ਬੋਲਣਾ ਹੋਵੇ ਉਹ ਇਹ ਤਾਂ ਆਪਣਾ ਪਰਾਉਣਾ ਹਰਜੀਤ ਚੰਗਾ ਹੈਗਾ ਜਿਹੜਾ ਆਪਾਂ ਨੂੰ ਬੋਲਦਾ ਨਹੀਂ ਆਪਾਂ ਨੂੰ ਜਰਾ ਆਪਦੇ ਮਾਂ ਪਿਓ ਤੋਂ ਵੱਧ ਪਿਆਰ ਕਰਦਾ ਆਪਾਂ ਨੂੰ ਉਹੀ ਤਾਂ ਗੱਲ ਹੈ ਤਾਂ ਹੀ ਉਰੇ ਬੈਠੇ ਆ ਭਾਈ ਉਹਦੇ ਮੂੰਹ ਕਰਕੇ ਕੁੜੀ ਕਰਕੇ ਜੇ ਚੰਗੇ ਨੇ ਤਾਂ ਉਹਦਾ ਐਡਾ ਕਲੈਣਾ ਹੈਗਾ ਆਪਣੇ ਵਾਲਾ ਜਵਾਬ ਜਾਂ ਤਾਂ ਉਹਨੂੰ ਗਲਾਂ ਲਾਈ ਜਾਂਦੀ ਹੋਊਗੀ ਉਹ ਚੱਕ ਕੇ ਉਹਦੀ ਫੋਨ ਕਰ ਦੇਣਾ ਪਾਪਾ ਤੂੰ ਆਇਆ ਨੀ ਪਾਪਾ ਤੂੰ ਵੀ ਪਾਪੇ ਬਿਨਾ ਤੇਰਾ ਗੱਡਾ ਖੜਾ ਦੱਸ ਯਾਰ ਉਹੀ ਤਾਂ ਗੱਲ ਹੈ ਹੁਣ ਜਿਹੜਾ ਘਰ ਹੈਗਾ ਮਾੜਾ ਮੋਟਾ ਕਿ ਤੁਸੀਂ ਸਾਂਭ ਲਓ ਹੁਣ ਸਾਰੀ ਉਮਰ ਅਸੀਂ ਤਾਂ ਠੇਕਾ ਲੈ ਰੱਖਿਆ ਵੀ ਅਸੀਂ ਘਰ ਦੇ ਵੀ ਕਰੀਏ ਖੇਤਾਂ ਦੇ ਵੀ ਕਰੀਏ ਆਹੋ ਕਰਦਾ ਸੀ ਕਹਿੰਦਾ ਨਰਕ ਉਗਰਿਆ ਪਿਆ ਘਰੇ ਪੋਚਾ ਨੀ ਲੱਗਦਾ ਝਾੜੂ ਨੀ ਲੱਗਦਾ ਵੀ ਅਸੀਂ ਸਾਰੀ ਜ਼ਿੰਦਗੀ ਦਾ ਹੁਣ ਠੇਕਾ ਲੈ ਲਿਆ ਤੇਰੀ ਮਾਂ ਨੇ ਮੈਂ ਉਹਨੂੰ ਆਖਿਆ ਮੈਂ ਆਪਦਾ ਕਰ ਲਿਆ ਕਰੋ ਯਾਰ ਹੁਣ ਤਾਂ ਦੋ ਜਣੇ ਹੋ ਕਹਿ ਜਿਹੜੀ ਤੁਹਾਡੀ ਹੇਮਾ ਮਾਲਣੀ ਉਹ ਕਦੇ ਉੱਤੇ ਲਿਆਂਦੀ ਹੈ ਕਰ ਲਿਆ ਕਰੇ ਘਰ ਦਾ ਵੀ ਨਹੀਂ ਹੁੰਦਾ ਉਹਦੇ ਤੋਂ ਉਹ ਹੇਮਾ ਮਾਲਣੀ ਕਿਹੜੀ ਹੇਮਾ ਮਾਲਣੀ ਆ ਉਹ ਉਦੋਂ ਮੁਦਲਾ ਦਾ ਝਾੜੂ ਜਾਂ ਮੁੰਡੇ ਤੋਂ ਲਵਾਉਂਦੀ ਹੋਊਗੀ ਉਹ ਤਾਂ ਹੀ ਵਾਲਾ ਕਰਦਾ ਸੀਗਾ ਖੇਖਣ ਜੇ ਉਹ ਵੀ ਚੱਲ ਕੋਈ ਨਾ ਫਿਰ ਉਹ ਵੀ ਉਹਦਾ ਹੀ ਪਾਣੀ ਭਰਦਾ ਹੈਗਾ ਲਾਈ ਜਾਵੇ ਝਾੜੂ ਸਾਨੂੰ ਕੀ ਹੈ ਬੇਇੱਜ਼ਤੀ ਕਰਾਉਂਦਾ ਕਰਾਈ ਜਾਵੇ ਉਹ ਪਾਣੀ ਦਾ ਭਰ ਨਹੀਂ ਪੈਦਾ ਹੁਣ ਉਹ ਵੀ ਉਹਦੇ ਨਾਲ ਉਹਨੇ ਆ ਬਾਹਲੀ ਜੱਤ ਚੱਕੀ ਸੀ ਮੈਂ ਤਾਂ ਇਹਦੇ ਬਿਨਾ ਮਰ ਜੂ ਉਹ ਹੋ ਜੂ ਫਲਾਨਾ ਹੋ ਜੂ ਆ ਲੈ ਲਾ ਹੁਣ ਸਵਾਦ ਚੱਲ ਛੱਡ ਪਰੇ ਕਿਹਦੀਆਂ ਲੈ ਕੇ ਬਹਿ ਗਿਆ ਉਹਨਾਂ ਦੀ ਨਾ ਛੇੜਾ ਕਰ ਮੈਨੂੰ ਤਾਂ ਬਾਹਲਾ ਖੇਚ ਛੱਡਦੀ ਉਹਨਾਂ ਦੇ ਨਾਂ ਤੇ ਉਹੀ ਹੁਣ ਖਵਾਉਂਦੀਆਂ ਉਹਨੂੰ ਨੂਣ ਲਾ ਲਾ ਫੇਰ ਉਹੀ ਤਾਂ ਗੱਲ ਹੈ ਚੱਲ ਆ ਵਿਆਹ ਜਾਂ ਨਿਬੜ ਜੇ ਫਿਰ ਆਪਾਂ ਵਗ ਚੱਲਾਂਗੇ ਆਹੋ ਮੈਂ ਐਂ ਕਹਣਾ ਮੇਰੀ ਗੱਲ ਸੁਣ ਆਪਾਂ ਕੱਲ ਨੂੰ ਇੱਥੋਂ ਭੈਣ ਵਰਗਾਂ ਨੂੰ ਪੁੱਛ ਕੇ ਆਪਾਂ ਦੋਨੇ ਜਣੇ ਵਗ ਜਾਾਂਗੇ ਨਾਲੇ ਤਾਂ ਆਪਾਂ ਸਹਿਰੋਂ ਆੜਦੇ ਥੋੜੇ ਬਹੁਤੇ ਪੈਸੇ ਫੜ ਲਿਆਵਾਂਗੇ ਨਾਲੇ ਤੂੰ ਲੈਣੀ ਆਪਦਾ ਇੱਕ ਅੱਧਾ ਸੂਟ ਇੱਕ ਅੱਧਾ ਕੁੜਤਾ ਪਜਾਮਾ ਜਾਂ ਮੈਂ ਸਮਾ ਲੂੰਗਾ ਚੱਲ ਆਪਣਾ ਵਿਆਹ ਜਾਂ ਆਪਾਂ ਐਂ ਟਪਾ ਦਿਆਂਗੇ ਚੱਲ ਹੈ ਕਰ ਲਾਂਗੇ ਆਹੋ ਜੇ ਪਿੰਡ ਪਾ ਕੇ ਉੱਥੇ ਉਹਨਾਂ ਨੇ ਫੇਰ ਰੰਡੀ ਰੋਣਾ ਪਾ ਰਹਿਣਾ ਫਿਰ ਮੁੜ ਕੇ ਨਹੀਂ ਫੇਰ ਨਹੀਂ ਆਇਆ ਜਾਣਾ ਇੱਥੇ ਚੱਲ ਚੰਗਾ ਵਗ ਜਾਾਂਗੇ ਆਹੋ ਕਿਵੇਂ ਭੂਆ ਜੀ ਆ ਠੀਕ ਨੇ ਠੀਕ ਹੈ ਪੁੱਤ ਸੂਟ ਤਾਂ ਸਾਰੇ ਸੋਹਣੇ ਚੱਲ ਰੰਗ ਵਾਲੇ ਵੀ ਸੋਹਣੇ ਆ ਪਰ ਮੈਂ ਤਾਂ ਇਹ ਕਹਿੰਦੀ ਸੀ ਤੂੰ ਉੱਥੇ ਸ਼ਹਿਰ 'ਚ ਹੀ ਸਿਆਉਣੇ ਦੇ ਆਉਂਦੀ ਜੇ ਹੁਣ ਇੱਥੇ ਪਿੰਡ 'ਚ ਕਿਸੇ ਸਿਆਉਣੇ ਵਾਲਾ ਜੱਖਣਾ ਵੱਢ ਦੂੰ ਭੂਆ ਜੀ ਸਿਆਉਣੇ ਤਾਂ ਉੱਥੇ ਦੇ ਕੇ ਆਵਾਂਗੇ ਗੱਲ ਕਰ ਮੈਨੂੰ ਆਇਆ ਸੀ ਮੈਂ ਤੁਹਾਨੂੰ ਦਿਖਾਏ ਬਿਨਾ ਕਿਵੇਂ ਸਿਆਉਣੇ ਦੇ ਆਉਂਦੀ ਉੱਥੇ ਨਾ ਦੱਸ ਪੁੱਤ ਹੁਣ ਇੰਨੇ ਸੋਹਣੇ ਤਾਂ ਖਰੀਦੇ ਨਾਲੇ ਤੂੰ ਆਪਦੀ ਪਸੰਦ ਵਾਲੀ ਖਰੀਦੇ ਨੇਗੇ ਇਹਦੇ 'ਚ ਮੈਨੂੰ ਦਿਖਾਉਣ ਵਾਲੀ ਕੀ ਗੱਲ ਸੀ ਉਹ ਭੂਆ ਜੀ ਚਾਹੇ ਮੈਂ ਆਪਦੀ ਪਸੰਦ ਨਾ ਖਰੀਦ ਲਈ ਪਰ ਜਿੰਨਾ ਚਿਰ ਤੁਹਾਡੀ ਪਸੰਦ ਨਹੀਂ ਨਾ ਉਹਨਾਂ ਚਿਰ ਮੇਰੀ ਵੀ ਕੋਈ ਪਸੰਦ ਨਹੀਂ ਮੈਂ ਤਾਂ ਉਹਨਾਂ ਨੂੰ ਕਹਿ ਕੇ ਆਈ ਹਾਂ ਵੀ ਜਿਹੜੇ ਜਿਹੜੇ ਰੰਗ ਮੇਰੀ ਭੂਆ ਨੂੰ ਪਸੰਦ ਆ ਗਏ ਉਹ ਰੱਖਾਂਗੇ ਬਾਕੀ ਕੱਲ੍ਹ ਨੂੰ ਵਾਪਸ ਕਰਕੇ ਨਹੀਂ ਸਾਰੇ ਸੋਹਣੇ ਆ ਇਹ ਤਾਂ ਤੂੰ ਸਾਰੇ ਸਿਆਉਣੇ ਦੇ ਦੇ
ਚੱਲ ਕੋਈ ਗੱਲ ਨਹੀਂ ਦੇ ਦਾਂਗੇ ਫਿਰ ਕੱਲ ਨੂੰ ਦੇ ਆਵਾਂਗੇ ਨਾ ਮੈਂ ਤਾਂ ਇਹਨੂੰ ਕਿਹਾ ਹੀ ਸੀ ਮੈਂ ਕਿਹਾ ਸ਼ਹਿਰ ਹੀ ਸੀਨੇ ਦੇ ਦੇ ਇਹ ਕਹਿੰਦੀ ਪਹਿਲਾਂ ਭਗਵਾਨ ਨੂੰ ਪੁੱਛਣਾ ਕਿਹੜਾ ਕਿਹੜਾ ਰੰਗ ਸਿਨੇ ਆਵਾਂਗੇ ਨਹੀਂ ਫੇਰ ਹੀ ਸਵਾਉਂਗੀ ਔਰ ਚੱਲ ਕੋਈ ਨਹੀਂ ਤਾਂ ਸਵਾ ਹੀ ਲਵਾਂਗੇ ਸਾਰੇ ਨਾਲੇ ਪੁੱਤ ਮੈਂ ਤਾਂ ਸੀਰਤ ਦੇ ਕੱਪੜੇ ਕਹਿਣਾ ਭੁੱਲ ਗਈ ਤੈਨੂੰ ਉਹ ਭੂਆ ਜੀ ਤੁਸੀਂ ਤਾਂ ਭੁੱਲ ਗਏ ਸੀ ਪਰ ਮੇਰੇ ਜਾਸ ਸੀਗੇ ਮੈਂ ਤਾਂ ਨਹੀਂ ਲੈਤੇ ਹੈਗੇ ਮੈਂ ਆਖਿਆ ਚੱਲ ਨਾ ਕੱਲ ਨੂੰ ਸੀਰਤ ਨੂੰ ਨਾਲ ਲੈ ਕੇ ਜਾਵਾਂਗੇ ਉਹਦੇ ਦੇਖ ਕੇ ਨਾ ਫਰਾਕਾਂ ਦੀਆਂ ਲਿਆਵਾਂਗੇ ਫਰਾਕ ਪਾਈ ਉਹਦੇ ਸੋਹਣੀ ਲੱਗੂਗੀ ਆਪਾਂ ਕਦੇ ਫਰਾਕ ਪਾਈ ਨਹੀਂ ਉਹਦੇ ਹਾਂ ਚੱਲ ਆ ਵੀ ਗੱਲ ਠੀਕ ਆ ਫਿਰ ਐਵੇਂ ਖੁੱਲਾ ਪੀੜਾ ਹੁੰਦਾ ਰਹਿੰਦਾ ਹੈ ਨਾ ਜਵਾਕ ਦੇ ਹੋਰ ਨਾਲੇ ਗਰਮੀ ਹੈ ਭੈਣੇ ਸੋਹਣੇ ਲੱਗਣਗੀਆਂ ਫਰਾਕਾਂ ਨਹੀਂ ਅੱਜ ਤੇਰੀ ਸੱਸ ਦਾ ਵੀ ਫੋਨ ਆਇਆ ਸੀਗਾ ਪੁੱਤ ਅੱਛਾ ਅੱਛਾ ਕੀ ਕਹਿੰਦੇ ਸੀ ਹੋਰ ਆਈ ਕਹਿੰਦੀ ਸੀ ਕਹਿੰਦੀ ਮੈਂ ਵੀ ਬਰੀ ਖਰੀਦਣੀ ਹੈ ਕਹਿੰਦੀ ਆਵਣ ਨੂੰ ਭੇਜ ਦੇ ਮਾਂ ਬਾਈ ਚੱਲ ਹੁਣ ਤੈਨੂੰ ਪਤਾ ਦਿਨ ਥੋੜੇ ਆ ਹਨਾ ਮੈਂ ਕਿਹਾ ਹੁਣ ਅੱਜ ਉਹ ਵਿਚਾਰੀ ਆਪਦੇ ਕੱਪੜੇ ਲੈਣ ਗਈ ਹੋਈ ਹੈ ਮੈਂ ਚੱਲ ਪੁੱਛ ਲੂੰ ਜੇ ਉਹਨੇ ਕਹੇ ਤਾਂ ਮੈਂ ਭੇਜ ਦੂੰ ਨਹੀਂ ਮੈਂ ਭੈਣ ਜੀ ਤੂੰ ਆਪਦੀ ਪਸੰਦ ਦੇ ਹੀ ਲੈ ਆਈ ਬਸ ਕਹੇ ਅਸੀਂ ਤਾਂ ਕੀ ਕਰਨਾ ਗਾ ਕਿ ਆਪੇ ਖਰੀਦ ਲਓ ਜਿਹੜੇ ਖਰੀਦਣੇ ਆਗੇ ਅਸੀਂ ਤਾਂ ਆਪਦੇ ਇਧਰੋਂ ਆਪਦੇ ਵਧੀਆ ਖਰੀਦ ਲਈਏ ਉਹ ਹੀ ਹੈ ਪੁੱਤ ਨਾਲੇ ਅਗਲਾ ਆਪਦੇ ਸਰੀਕੇ ਕੁਈਲੇ ਨਾਲ ਲਿਆ ਕੇ ਲਿਆਉਂਦਾ ਹੁੰਦਾ ਹੈਗਾ ਹਾਂ ਨਾਲੇ ਐਂ ਕਹਿੰਦੀ ਸੀਗੀ ਕਹਿੰਦੀ ਜਦੋਂ ਸਾਡੇ ਦੇਣ ਲੈਣ ਵਾਲੇ ਕੱਪੜੇ ਖਰੀਦੋਗੇ ਉਦੋਂ ਇੱਕ ਮਾਨਤਾ ਦਾ ਸੂਟ ਹੁੰਦਾ ਸਾਡੇ ਕਹਿੰਦੀ ਪਹਿਲਾਂ ਉਹ ਖਰੀਦ ਲਿਓ ਫਿਰ ਆਪਾਂ ਤਾਂ ਖਰੀਦ ਲਏ ਪਹਿਲਾਂ ਚਲ ਪੁੱਤ ਇਹ ਤਾਂ ਆਪਦੇ ਖਰੀਦੇ ਸੀ ਨਾ ਜਦੋਂ ਆਪਾਂ ਜਿਹੜੇ ਉਹਨਾਂ ਨੂੰ ਦੇਣ ਲੈਣ ਵਾਲੇ ਧਰਨੇ ਆ ਉਦੋਂ ਪਹਿਲਾਂ ਉਹ ਖਰੀਦ ਲਾਂਗੇ ਚਲ ਕੋਈ ਗੱਲ ਨਹੀਂ ਪਹਿਲਾਂ ਉਹਨਾਂ ਦਾ ਲੈ ਲਾਂਗੇ ਫਿਰ ਦੂਜੇ ਲੈ ਲਾਂਗੇ ਖਰੀਦ ਲਾਂਗੇ ਸਹੀ ਗੱਲ ਆ ਸਹੀ ਗੱਲ ਅੱਜ ਅਸੀਂ ਆਹ ਸੂਟ ਖਰੀਦਣ ਤੋਂ ਪਹਿਲਾਂ ਰਮਾਲਾ ਸਾਹਿਬ ਤਾਂ ਖਰੀਦ ਲਿਆ ਸੀਗਾ ਮੈਂ ਕਿਹਾ ਗੁਰਦੁਆਰਾ ਸਾਹਿਬ ਚੜਾਵਾਂ ਹਾਂ ਚੱਲ ਮੇਰੇ ਤਾਂ ਦਿਮਾਗ 'ਚ ਨਿਕਲ ਗਈ ਗੱਲ ਆਹ ਤਤੀ ਤੂੰ ਵਧੀਆ ਕੀਤਾ ਉਹ ਤਾਂ ਜ਼ਰੂਰੀ ਸੀ ਸਾਰਿਆਂ ਤੋਂ ਪਹਿਲਾਂ ਹਾਂ ਸਹੀ ਗੱਲ ਆ ਤਾਂ ਹੀ ਬਾਅਦ 'ਚ ਖਰੀਦਿਆ ਸਾਰਾ ਕੁਝ ਪਹਿਲਾਂ ਉਹ ਖਰੀਦ ਲਿਆ ਚੱਲ ਪੁੱਤ ਨਾਲੇ ਮੈਂ ਵੀ ਉਹਨੂੰ ਕਹੇ ਤਾਂ ਮਗਾ ਮੁੰਡੇ ਦੇ ਵੀ ਆ ਜਿਹੜਾ ਕੋਟ ਪੈਂਟ ਕੋਈ ਬੂਟ ਬਾਟ ਲੈਣੇ ਭਾਈ ਆਪਦੇ ਪਸੰਦ ਦੇ ਲੈ ਲੈ ਮਗਾ ਮੈਨੂੰ ਤਾਂ ਪਰਚੀ ਫੜਾ ਦੇ ਪੈਸੇ ਦੇ ਦੂੰਗੀ ਉਹਨੇ ਹਨਾ ਹਾਂ ਸਹੀ ਗੱਲ ਹੈ ਹੋਰ ਹੁਣ ਨਾਲੇ ਉਹਦੇ ਪਸੰਦ ਆਉਣ ਨਾ ਆਉਣ ਆਪਾਂ ਕਿੱਥੇ ਖਰੀਦੀਆਂ ਤੁਰੀਆਂ ਫਿਰਾਂਗੇ ਇਹ ਵੀ ਗੱਲ ਠੀਕ ਆ ਤੁਹਾਡੀ ਤੇ ਸੀਰਤ ਕਿੱਧਰ ਗਈ ਸੀਰਤ ਨੂੰ ਹਰਜੀਤ ਲੈ ਗਿਆ ਪੁੱਤ ਬਾਰੇ ਖੇਡਣ ਵਾਲੀ ਅੱਛਾ ਅੱਛਾ ਲੈ ਚੱਲ ਮੈਂ ਅੰਦਰ ਘਰੇ ਆਵਾਂ ਤਾਂ ਰੋਟੀ ਦਾ ਕਰੀਏ ਹੋਰ ਆਥਣ ਹੋ ਗਿਆ ਉਹ ਵੀ ਵਿਚਾਰੀ ਰੋਂਦੀ ਹੋਊਗੀ ਹੋਰ ਆ ਬਸ ਜਾ ਕੇ ਘੰਟੇ ਤੱਕ ਪੁੱਤ ਬਣ ਕੇ ਫਿਰ ਤੂੰ ਦੇਖ ਲੈ ਪੁੱਛ ਲਾ ਉਹ ਦੇ ਲੈ ਨੂੰ ਜਿਹੜਾ ਹੈਗਾ ਵਧੀਆ ਉੱਥੇ ਦੇ ਆਵਾਂਗੇ ਕੱਲ ਨੂੰ ਜਦ ਜਾਵਾਂਗੇ ਚੱਲ ਕਰ ਨੂੰ ਦੇ ਆਈ ਫਿਰ ਚੰਗਾ ਚੱਲ ਮੈਂ ਤਾਂ ਰੋਟੀ ਦਾ ਕਰਦੀ ਹਾਂ ਚੱਲ ਨਾਲੇ ਭੈਣੇ ਤੂੰ ਵੀ ਕੋਈ ਆਪਦਾ ਇੱਕ ਅੱਧਾ ਸੂਟ ਲੈ ਲੈਂਦੀ ਹੋਣਾ ਕੋਈ ਨਾ ਭੈਣੇ ਤੂੰ ਸਾਡੀ ਨਾ ਫਿਕਰ ਕਰ ਅਸੀਂ ਜਾਵਾਂਗੇ ਤੜਕੇ ਲੈ ਆਵਾਂਗੇ ਲੈ ਦੱਸ ਭੈਣੇ ਅੱਜ ਹੀ ਤੂੰ ਆਪਦੇ ਇੱਕ ਦੋ ਸੂਟ ਲਿਆਉਂਦੀ ਨਾਲੇ ਇੱਕ ਦੋ ਬਾਈ ਨੂੰ ਲਿਆ ਦਿੰਦੀ ਭੈਣੇ ਅਸੀਂ ਕੱਲ ਨੂੰ ਆੜਤੇ ਕੋਲ ਜਾਵਾਂਗੇ ਤੇਰੇ ਕੋਲ ਕਾਹਦੀ ਲੋਕ ਹੈ ਜਿਹੜੇ ਥੋੜੇ ਬਹੁਤੇ ਪੈਸੇ ਸੀ ਉਹ ਅੱਜ ਅਮਨ ਨੂੰ ਦੋ ਸੂਟ ਲਿਆਤੇ ਤੜਕੇ ਹੁਣ ਨਾਲ ਤੇ ਆੜਤੇ ਦੇ ਜਾਵਾਂਗੇ ਨਾਲੇ ਮੈਂ ਇਹਦਾ ਇੱਕ ਅੱਧਾ ਸੂਟ ਲਿਆਉਂਗੀ ਨਾਲੇ ਆਪਦਾ ਲਿਆਉਂਗੀ ਨਾਲੇ ਸੀਰਤ ਨੂੰ ਦਵਾ ਕੇ ਲਿਆਵਾਂਗੇ ਕੱਲ ਨੂੰ ਲੈ ਦੱਸ ਕੁੜੇ ਅਮਨ ਨੂੰ ਦਵਾਉਣ ਨੂੰ ਕੀ ਹੋਇਆ ਸੀ ਨਾਲੇ ਤੇਰਾ ਮੇਰਾ ਕੀ ਵੰਡਿਆ ਹੈਗਾ ਵੰਡਿਆ ਤਾਂ ਨਹੀਂ ਭੈਣੇ ਫਿਰ ਵੀ ਕੁੜੀ ਹੈ ਸਾਡਾ ਹੱਕ ਤਾਂ ਬਣਦਾ ਹੀ ਹੈ ਲੈ ਕੇ ਦੇਣ ਦੇ ਕੱਪੜੇ ਚੱਲ ਉਹ ਤਾਂ ਤੇਰੀ ਮਰਜ਼ੀ ਹੈ ਮੈਨੂੰ ਐਂ ਦੱਸ ਵੀ ਬਹੂ ਦਾ ਕੋਈ ਫੋਨ ਆਇਆ ਤੈਨੂੰ ਹਾਂ ਭੈਣੇ ਆਇਆ ਸੀ ਫੋਨ ਤਾਂ ਮੁੰਡੇ ਦਾ ਤੇ ਬਸ ਇਹਨੂੰ ਕਹਿੰਦਾ ਸੀਗਾ ਕਹਿੰਦਾ ਵੀ ਬਾਪੂ ਤੂੰ ਉੱਥੇ ਜਾ ਕੇ ਬਹਿ ਗਿਆ ਆਪਦੀ ਘਰੇ ਵੀ ਆ ਜਾ ਹੁਣ ਤੈਨੂੰ ਘਰ ਦੀ ਲੋੜ ਨਹੀਂ ਇੱਥੇ ਜਾ ਕੇ ਬਹਿ ਗਿਆ ਇਹਨਾਂ ਕੋਲੇ ਬਥੇਰਾ ਕੁਝ ਬੋਲਦਾ ਸੀਗਾ ਲੈ ਦੱਸ ਕਿਵੇਂ ਰੋਹ ਪਾਉਂਦੇ ਨਾਲੇ ਮੇਰੀ ਗੱਲ ਸੁਣ ਲਾ ਅੱਬੜੀ ਤਾਂ ਉਹਨਾਂ ਦਾ ਫੋਨ ਨਾ ਚੱਕੇ ਜਿੰਨੇ ਦਿਨ ਵਿਆਹ ਹੈ ਨਹੀਂ ਵਿਆਹ ਤੱਕ ਤਾਂ ਭੈਣੇ ਹੁਣ ਤੂੰ ਜਮਾ ਨਾ ਜਾ ਮੇਰੀ ਗੱਲ ਸੁਣ ਲਾ ਮੈਂ ਇੱਥੋਂ ਪੈਸੇ ਲੈ ਲਾ ਤੂੰ ਇੱਥੋਂ ਹੀ ਲਿਆ ਕੱਪੜੇ ਨਹੀਂ ਭੈਣੇ ਐਡੀ ਗੱਲ ਨਹੀਂ ਹੈਗੀ ਕੋਈ ਨਹੀਂ ਅਸੀਂ ਕੱਲ ਨੂੰ ਬਾਹਰ ਦੀ ਬਾਹਰ ਜਾਵਾਂਗੇ ਆੜਤੀਏ ਤੋਂ ਲੈ ਕੇ ਆ ਜਾਵਾਂਗੇ ਘਰੇ ਤਾਂ ਅਸੀਂ ਜਾਂਦੇ ਨਹੀਂ ਦੇਖ ਜੇ ਘਰੇ ਜਾਵਾਂਗੇ ਪੇ ਪਲੇਸ ਕਰੂਗੀ ਹੈ ਸਾਨੂੰ ਉਰੇ ਨਹੀਂ ਉਹਨੇ ਆਉਣ ਦੇਣਾ ਹੈਗਾ ਪਰ ਮੈਂ ਉਹਨੂੰ ਕਿਹਾ ਮੈਂ ਖਾਸ ਤਾਂ ਵਿਆਹ ਤੋਂ ਬਾਅਦ ਹੀ ਜਾਵਾਂਗੇ ਹਾਂ ਚੱਲ ਵਧੀਆ ਕੀਤਾ ਉਹੀ ਤਾਂ ਗੱਲ ਹੈਗਾ ਰੋਜ਼ ਰੋਜ਼ ਕੌਣ ਪਲੇਸ ਕਰੇ ਉਹਨਾਂ ਨਾਲ ਹਾਂਜੀ ਸਤਿ ਸ੍ਰੀ ਅਕਾਲ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਦਿੱਤੀ ਬੈਲ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ